ਸਰੇ ਕਾਲਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਨਾਲ ਮੈਂ ਹਰਸ਼ਰਨ ਕੌਰ ਹੋਣੀ ਹੈ ਜਿੱਤ ਹਕੀਕਤ ਦੀ ਤੁਸੀਂ ਮੁੱਦੇ-ਮੁੱਦੇ ਖਾਓਗੇ ਇਹ ਬਾਣੀ ਪੜ੍ਹਨੇ ਵਾਲਿਆਂ ਨੂੰ ਤੁਸੀਂ ਕੀ ਕਾਨੂੰਨ ਪੜ੍ਹਾਓਗੇ ਖੇਤਾਂ ਨਾਲ ਖੇਤਾਂ ਵਾਲਿਆਂ ਨੇ ਆਖਿਰ ਨੂੰ ਮਿਲ ਹੀ ਜਾਣਾ ਏ ਇਹ ਦਰਦ ਹਮੇਸ਼ਾ ਨਹੀਂ ਰਹਿਣੇ ਇਹ ਵਕਤ ਬਦਲ ਹੀ ਜਾਣਾ ਹੈ ਕਿਸਾਨੀ ਅੰਦੋਲਨ ਦੇ 100 ਸਾਲ ਪੂਰੇ ਹੋਣ ਤੇ ਅੱਜ ਪੰਜਾਬੀ ਗਾਇਕ ਤੇ ਗੀਤਕਾਰ ਕਮਰ ਗਰੇਵਾਲ ਦਾ ਨਵਾਂ ਗਾਣਾ ਕਣਕਾਂ ਦਾ ਪੀਰ ਰਿਲੀਜ਼ ਹੋਇਆ ਤੇ ਇਹ ਇਸ ਗਾਣੇ ਦੇ ਸ਼ੁਰੂਆਤੀ ਬੋਲ ਨੇ ਕਮਰ ਨੇ ਹੁਣ ਤੱਕ 10 ਗਾਣੇ ਰਿਲੀਜ਼ ਕੀਤੇ ਨੇ ਸਿਰਫ ਤੇ ਸਿਰਫ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹਰਫ ਚੀਮਾ ਤੇ ਕਮਰ ਗਰੇਵਾਲ ਵੱਲੋਂ ਗਾਇਆ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਗਾਣਾ ਕਾਫੀ ਮਕਬੂਲ ਹੋਇਆ ਹੈ ਕਿਸਾਨੀ ਅੰਦੋਲਨ ਦੇ 100 ਦਿਨ ਪੂਰੇ ਹੋ ਚੁੱਕੇ ਨੇ ਅੱਜ ਯਾਨੀ ਕਿ 6 ਮਾਰਚ ਨੂੰ ਪਿਛਲੇ 100 ਦਿਨਾਂ ਦੇ ਵਿੱਚ ਕਿਸਾਨੀ ਸੰਘਰਸ਼ ਦੌਰਾਨ ਕਿਹੜੇ ਕਿਹੜੇ ਰੰਗ ਦਿਸੇ ਨੇ ਅੱਜ ਉਹਨਾਂ ਰੰਗਾਂ ਤੇ ਹੀ ਖਾਸ ਹੈ ਸਾਡਾ ਪ੍ਰਾਈਮ ਟਾਈਮ ਸੜਕਾਂ ਤੇ ਅਨਦਾਤਾ ਦੇ 100 ਦਿਨ ਤਾਂ ਨੌਜਵਾਨ ਆ ਰਹੇ ਨੇ ਟਰੈਕਟਰ ਆ ਤੇ ਆ ਰਹੇ ਨੇ ਭੱਜ ਕੇ ਆ ਰਹੇ ਨੇ ਤੇ ਐਂਡ ਤੱਕ ਦੀਆਂ ਤਸਵੀਰਾਂ ਕਾਲੇ ਕਾਨੂੰਨ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਸ਼ੁਰੂਆਤ ਦੇ ਵਿੱਚ ਅਸੀਂ ਜਿਹੜਾ ਸਵਾਲ ਤੁਹਾਨੂੰ ਪੁੱਛਦੇ ਹੁੰਨੇ ਆ ਉਹ ਜ਼ਰੂਰ ਪੁੱਛਾਂਗੇ ਕੱਲ ਜਿਹੜੀ ਪ੍ਰਾਈਮ ਟਾਈਮ ਲੋਕ ਰਾਏ ਸੀ ਉਸ ਦਾ ਜਿਹੜਾ ਨਤੀਜਾ ਹੈ ਪਹਿਲਾਂ ਉਹ ਦੱਸ ਦਿੰਨੇ ਆ 3 ਮਾਰਚ ਨੂੰ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਜਾ ਰਹੇ 2 ਸਾਲ ਦੀ ਬੱਚੀ ਸਮੇਤ 25 ਬੀਬੀਆਂ ਦੇ ਜਥੇ ਨੂੰ ਆਪਣੇ ਵਾਹਨ ਤੇ ਕੇਸਰੀ ਝੰਡਾ ਤੇ ਕਿਸਾਨੀ ਦਾ ਝੰਡਾ ਲਾਉਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਸੀ ਦਿੱਲੀ ਪੁਲਿਸ ਇਸ ਕਾਰਵਾਈ ਨੂੰ ਤੁਸੀਂ ਸਹੀ ਮੰਨਦੇ ਹੋ ਜਾਂ ਗਲਤ ਸਿਰਫ 3% ਲੋਕਾਂ ਨੇ ਦਿੱਲੀ ਪੁਲਿਸ ਦੀ ਇਸ ਕਾਰਵਾਈ ਨੂੰ ਸਹੀ ਮੰਨਿਆ ਜਦ ਕਿ 97% ਲੋਕਾਂ ਨੇ ਦਿੱਲੀ ਪੁਲਿਸ ਦੀ ਇਸ ਕਾਰਵਾਈ ਨੂੰ ਗਲਤ ਦੱਸਿਆ ਹੈ ਅੱਜ ਦੀ ਪ੍ਰਾਈਮ ਟਾਈਮ ਲੋਕ ਰਾਏ ਕੀ ਹੈ ਜਲੰਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਤੇ ਕਪੂਰਥਲਾ ਦੇ ਵਿੱਚ ਕਰੋਨਾ ਮਹਾਮਾਰੀ ਕਾਰਨ ਅੱਜ ਰਾਤ ਤੋਂ ਅਗਲੇ ਹੁਕਮਾਂ ਤੱਕ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਕਰਫਿਊ ਪੂਰੇ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਲੋੜ ਹੈ ਜੇ ਤੁਸੀਂ ਸਹਿਮਤ ਹੋ ਤਾਂ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਯੈਸ ਜਾਂ ਫਿਰ ਹਾਂ ਲਿਖਿਓ ਜੇ ਤੁਸੀਂ ਸਹਿਮਤ ਨਹੀਂ ਹੋ ਅਜਿਹੇ ਫੈਸਲਿਆਂ ਦੇ ਨਾਲ ਤਾਂ ਤੁਸੀਂ ਨੋ ਜਾਂ ਨਾ ਲਿਖ ਕੇ ਕਮੈਂਟ ਕਰ ਸਕਦੇ ਹੋ ਗੱਲ ਕਰਦੇ ਆ ਅੱਜ ਦੇ ਪ੍ਰਾਈਮ ਟਾਈਮ ਦੀ ਜਿਹੜਾ ਕਿ ਕਿਸਾਨਾਂ ਦੇ 100 ਦਿਨਾਂ ਨੂੰ ਸਮਰਪਿਤ ਹੈ ਕਿਸਾਨਾਂ ਦੇ ਵੱਲੋਂ ਅੱਜ ਤੋਂ 100 ਦਿਨ ਪਹਿਲਾਂ ਦਿੱਲੀ ਦੇ ਸਿੰਘੂ ਬਾਰਡਰ ਤੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦਰਨਾ ਸ਼ੁਰੂ ਕੀਤਾ ਗਿਆ ਸੀ ਕਿਸਾਨ ਆंदोलਨ ਦੇ 100 ਦਿਨ ਪੂਰੇ ਹੋਣ ਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਕੇਐਮਪੀ ਯਾਨੀ ਕਿ ਕੁੰਡਲੀ ਮਾਨਸਰ ਪਲਵਲ ਹਾਈਵੇ 5 ਘੰਟਿਆਂ ਲਈ ਜਾਮ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਸਰਹੱਦਾਂ ਤੇ 100 ਦਿਨਾਂ ਤੋਂ ਧਰਨਾ ਲਾ ਰਹੇ ਕਿਸਾਨਾਂ ਨੇ ਅੱਜ ਸਵੇਰੇ 11 ਵਜੇ ਕੇਐਮਪੀ ਜਿਹੜਾ ਕਿ 136 ਕਿਲੋਮੀਟਰ ਲੰਬਾ ਹੈ ਉਸ ਥਾਂ ਤੇ ਪਹੁੰਚ ਕੇ ਉਸ ਨੂੰ ਜਾਮ ਕਰ ਦਿੱਤਾ ਜਾਮ ਮੁਕੰਮਲ ਤੌਰ ਤੇ ਸਫਲ ਰਿਹਾ ਜਿਹੜੇ ਕਿ ਜਿਹੜਾ ਕਿ ਸਵੇਰੇ 11 ਵਜੇ ਸ਼ੁਰੂ ਹੋ ਕੇ ਸ਼ਾਮ ਨੂੰ 4 ਵਜੇ ਤੱਕ ਲੱਗਿਆ ਰਿਹਾ ਕਿਸਾਨਾਂ ਨੇ ਸਭ ਤੋਂ ਪਹਿਲਾਂ 0. ਨੇੜੇ ਕੇਐਮਪੀ ਤੇ ਜਾਮ ਲਾਇਆ ਉਸ ਤੋਂ ਕੁਝ ਦੂਰ ਇੱਕ ਹੋਰ ਥਾਂ ਤੇ ਵੀ ਸੜਕ ਜਾਮ ਕਰ ਦਿੱਤੀ ਖਰਖੋਦਾ ਦੇ ਵਿੱਚ ਵੀ ਕਿਸਾਨਾਂ ਦੇ ਸੱਦੇ ਤੇ ਜਾਮ ਲਾਇਆ ਗਿਆ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਕੇ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਕੀਤੀ ਕੀਐਮਪੀ ਤੇ ਇਸ ਦੇ ਨੇੜੇ ਪੁਲਿਸ ਦੀਆਂ 4 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਪੁਲਿਸ ਨੇ ਵਾਹਨ ਚਾਲਕਾਂ ਨੂੰ ਹੋਰ ਰੂਟਾਂ ਤੋਂ ਮੰਜ਼ਲਾਂ ਵੱਲ ਰਵਾਨਾ ਕੀਤਾ ਯਾਨੀ ਕਿ ਰੂਟ ਨੇ ਜਿਹੜੇ ਉਹ ਬਦਲੇ ਗਏ ਸੀ ਮੁਰਥਲ ਤੋਂ ਵਾਣਾ ਨੂੰ ਸੋਨੀਪੱਤ ਭੇਜਿਆ ਗਿਆ ਵੱਡੀ ਗਿਣਤੀ ਵਿੱਚ ਕਿਸਾਨ ਕਾਰਾਂ ਅਤੇ ਟਰੈਕਟਰਾਂ ਤੇ ਸਵਾਰ ਹੋ ਕੇ ਐਕਸਪ੍ਰੈਸ ਹਾਈਵੇ ਤੇ ਪਹੁੰਚੇ ਇਸ ਜਾਮ ਨੂੰ ਸਫਲ ਬਣਾਉਣ ਦੇ ਲਈ ਕੁੰਡਲੀ ਪਲਵਲ ਐਕਸਪ੍ਰੈਸ ਵੇ ਦੇ ਉੱਤੇ ਅਜਿਹੇ ਦ੍ਰਿਸ਼ ਵੀ ਦੇਖਣ ਨੂੰ ਮਿਲੇ ਜਿੱਥੇ ਖਾਸ ਤੌਰ ਤੇ ਨਗਾਰੇ ਵਜਾ ਕੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਕੱਠਾ ਕੀਤਾ ਗਿਆ ਇਸ ਦੇ ਨਾਲ ਹੀ ਅੱਜ ਦਾ ਦਿਨ ਕਾਲੇ ਦਿਨ ਦੇ ਵਜੋਂ ਮਨਾਉਣ ਦਾ ਵੀ ਕਿਸਾਨ ਲੀਡਰਾਂ ਨੇ ਸੱਦਾ ਦਿੱਤਾ ਸੀ ਕਿਸਾਨ ਜਥੇਬੰਦੀਆਂ ਨੇ ਆਮ ਲੋਕਾਂ ਨੂੰ ਵੀ ਇਸ ਅੰਦੋਲਨ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ ਤੇ ਦੇਸ਼ ਵਾਸੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਉਣ ਕਾਲੇ ਕੱਪੜੇ ਪਹਿਨਣ ਜੇ ਕਾਲੇ ਕੱਪੜੇ ਨਹੀਂ ਪਾ ਸਕਦੇ ਤਾਂ ਆਪਣੇ ਕੱਪੜਿਆਂ ਦੇ ਉੱਤੇ ਕਾਲੇ ਰੰਗ ਦੀ ਪੱਟੀ ਜ਼ਰੂਰ ਬੰਨਣ ਲੋਕਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਖੁੱਲੇ ਦਿਲ ਦੇ ਨਾਲ ਕਬੂਲਿਆ ਆਪਣੇ ਘਰਾਂ ਦੇ ਉੱਤੇ ਵਾਹਨਾਂ ਦੇ ਉੱਤੇ ਦਫ਼ਤਰਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਕਾਲੀਆਂ ਛੰਡੀਆਂ ਲਾਈਆਂ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਵੀ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ 200 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਸੰਘਰਸ਼ ਨੂੰ ਤੇਜ਼ ਕਰਨ ਦੇ ਲਈ ਹੀ ਅੱਜ ਕਾਲੀਆਂ ਛੰਡੀਆਂ ਦੇ ਨਾਲ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਸੌ ਸਾਲ ਪੂਰੇ ਹੋਣ ਤੇ ਕਿਸਾਨ ਲੀਡਰ ਬਲਵੀਰ ਸਿੰਘ ਰਾਜੀਵਾਲ ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਨਾਲ ਅਗਲੇ ਗੇੜ ਦੀ ਗੱਲਬਾਤ ਦੇ ਲਈ ਤਿਆਰ ਹੈ ਪਰ ਤਿੰਨੇ ਜਿਹੜੇ ਵਿਵਾਦਪੂਰਨ ਖੇਤੀ ਕਾਨੂੰਨ ਨੇ ਉਹਦੇ ਵਿੱਚ ਅਸੀਂ ਸੌਦਾ ਨੂੰ ਸਵੀਕਾਰ ਨਹੀਂ ਕਰਾਂਗੇ ਅਸੀਂ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਚਾਹੁੰਦੇ ਆ ਜੇ ਸਰਕਾਰ ਸਾਨੂੰ ਗੱਲਬਾਤ ਲਈ ਬੁਲਾਉਂਦੀ ਹੈ ਤਾਂ ਅਸੀਂ ਗੱਲ ਕਰਨ ਲਈ ਪੂਰੇ ਤਿਆਰ ਹਾਂ ਮੰਗ ਇੱਕੋ ਹੈ ਕਿ ਤਿੰਨੇ ਕਾਨੂੰਨ ਰੱਦ ਹੋਣ ਸੋ ਇਹ 100 ਦਿਨ 26 ਨਵੰਬਰ ਤੋਂ ਲੈ ਕੇ 6 ਮਾਰਚ ਤੱਕ ਕਿਸਾਨਾਂ ਦੇ ਸੰਘਰਸ਼ ਦੇ ਦਿੱਲੀ ਬਾਰਡਰਾਂ ਦੇ ਉੱਤੇ 100 ਦਿਨ ਕਿਹੋ ਜਿਹੇ ਰਹੇ ਇਹਨਾਂ 100 ਦਿਨਾਂ ਦੇ ਵਿੱਚ ਕਿਹੜੇ ਕਿਹੜੇ ਉਤਰਾ ਚੜਾ ਕਿਸਾਨਾਂ ਨੇ ਦੇਖੇ ਜਿਹੜੇ ਮੋਰਚਿਆਂ ਦੇ ਵਿੱਚ ਸ਼ਾਮਿਲ ਨੇ ਕਿਹੜੇ ਕਿਹੜੇ ਉਤਰਾ ਚੜਾ ਦੁਨੀਆ ਨੂੰ ਦੇਖਣ ਨੂੰ ਮਿਲੇ ਕਿਹੋ ਜਿਹਾ ਸਮਰਥਨ ਕਿਸਾਨਾਂ ਦੇ ਮੋਰਚੇ ਨੂੰ ਮਿਲਿਆ ਇਸ ਸਾਰੇ ਤੇ ਇੱਕ ਛੋਟੀ ਜੀ ਨਜ਼ਰ ਆਪਾਂ ਜ਼ਰੂਰ ਮਾਰਦੇ ਹਾਂ ਪਿਛਲੇ 100 ਦਿਨਾਂ ਦੇ ਵਿੱਚ ਕਿਸਾਨ ਖਾਸ ਤੌਰ ਤੇ ਦਿੱਲੀ ਦੇ ਤਿੰਨ ਬਾਰਡਰਾਂ ਟਿੱਕਰੀ ਬਾਰਡਰ ਸਿੰਘੂ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਤੇ ਬੈਠੇ ਨੇ ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਕੌਮੀ ਨਹੀਂ ਬਲਕਿ ਕੌਮਾਂਤਰੀ ਪੱਧਰ ਦੀ ਪਛਾਣ ਮਿਲੀ ਹੈ ਅਸੀਂ ਇਸ 100 ਦਿਨ ਪੂਰੇ ਹੋਣ ਤੇ ਕੁਝ ਖਾਸ-ਖਾਸ ਰੰਗ ਨੇ ਜਿਹੜੇ ਇਸ ਮੋਰਚੇ ਦੇ ਉਹ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਦੋਂ ਕਿਸਾਨ ਗਏ ਸੀ ਕਿਸਾਨ ਜਦੋਂ ਦਿੱਲੀ ਦੇ ਬਾਰਡਰਾਂ ਤੇ ਗਏ ਹਲਕੀ ਠੰਡ ਸੀ ਉੱਥੇ ਹੀ ਕਿਸਾਨਾਂ ਨੇ ਕੜਾਕੇ ਦੀ ਠੰਡ ਵੀ ਚੱਲੀ ਤੇ ਹੁਣ ਕੜਾਕੇ ਦੀ ਗਰਮੀ ਚੱਲਣ ਨੂੰ ਵੀ ਤਿਆਰ ਨੇ ਰਾਕੇਸ਼ ਟਿਕੈਤ ਕਿਸਾਨ ਲੀਡਰ ਨੇ ਉਹਨਾਂ ਨੇ ਕੱਲ ਹੀ ਕਿਹਾ ਕਿ ਕਿਸਾਨ ਸੰਸਦ ਦੇ ਗੇਟ ਤੇ ਹੁਣ ਕਣਕ ਦੀ ਫਸਲ ਵੇਚਣਗੇ ਕਹਿੰਦੇ ਜਦੋਂ ਸਰਕਾਰ ਨੇ ਕਹੀ ਦਿੱਤਾ ਹੈ ਕਾਨੂੰਨ ਪਾਸ ਕਰਕੇ ਕਿ ਕਿਸਾਨ ਦੇਸ਼ ਦੇ ਵਿੱਚ ਕਿਤੇ ਵੀ ਫਸਲ ਵੇਚ ਸਕਦਾ ਹੈ ਤਾਂ ਅਸੀਂ ਆਪਣੇ ਟਰੈਕਟਰ ਟਰਾਲੀਆਂ ਸੰਸਦ ਦੇ ਬਾਹਰ ਲੈ ਕੇ ਜਾਵਾਂਗੇ ਕਣਕ ਦੇ ਭਰ ਕੇ ਲੈ ਕੇ ਜਾਵਾਂਗੇ ਕਿਉਂਕਿ ਸੰਸਦ ਵੀ ਇੱਕ ਵੱਡਾ ਬਾਜ਼ਾਰ ਹੈ ਜਿਹਦੇ ਵਿੱਚ ਵੱਡੇ ਵਪਾਰੀ ਬੈਠੇ ਨੇ ਤੇ ਉਹ ਸਾਡੇ ਫਾਇਦੇ ਲਈ ਜੇ ਕਾਨੂੰਨ ਬਣਾਉਂਦੇ ਨੇ ਤਾਂ ਅਸੀਂ ਉਹਨਾਂ ਦੀ ਗੱਲ ਮੰਨਦੇ ਹੋਏ ਐਤਕੀ ਸੰਸਦ ਦੇ ਵਿੱਚ ਆਪਣੀ ਫਸਲ ਵੇਚਾਂਗੇ ਜੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਉੱਥੇ ਹੀ ਟੈਂਟ ਗੱਡ ਕੇ ਬਹਿ ਜਾਵਾਂਗੇ ਸੋ ਇਹਨਾਂ ਪਿਛਲੇ 100 ਦਿਨਾਂ ਦੇ ਵਿੱਚ ਕਿਸਾਨ ਲੀਡਰਾਂ ਦੀਆਂ ਸਰਕਾਰ ਦੇ ਨਾਲ 11 ਬੈਠਕਾਂ ਹੋਈਆਂ ਨੇ 22 ਜਨਵਰੀ ਨੂੰ ਕਿਸਾਨਾਂ ਤੇ ਸਰਕਾਰ ਦੀ ਗੱਲਬਾਤ ਟੁੱਟ ਗਈ ਸੀ ਉਸ ਤੋਂ ਬਾਅਦ ਹਾਲੇ ਤੱਕ ਗੱਲਬਾਤ ਚਾਲੂ ਨਹੀਂ ਹੋਈ ਹੈ ਕਰੀਬ 1.5 ਮਹੀਨਾ ਹੋਣ ਵਾਲਾ ਹੈ ਪਰ ਇਹਨਾਂ 11 ਬੈਠਕਾਂ ਦੇ ਵਿੱਚ ਵੀ ਗੱਲ ਕਿਸੇ ਤਣਪੱਤਣ ਨਹੀਂ ਲੱਗੀ ਇੱਕ ਬੈਠਕ ਦੇ ਵਿੱਚ ਅਜਿਹਾ ਸਾਹਮਣੇ ਆਇਆ ਸੀ ਜਦੋਂ ਪਰਾਲੀ ਵਾਲਾ ਕਾਨੂੰਨ ਅਤੇ ਜਿਹੜਾ ਬਿਜਲੀ ਵਾਲਾ ਕਾਨੂੰਨ ਹੈ ਉਸ ਨੂੰ ਲੈ ਕੇ ਕਿਸਾਨਾਂ ਨੂੰ ਸਰਕਾਰ ਨੇ ਥੋੜੇ ਸਾਹ ਪਿਆਏ ਸੀ ਪਰ ਉਹਦੇ ਵਿੱਚ ਵੀ ਹਾਲੇ ਤੱਕ ਕੋਈ ਲਿਖਤੀ ਤੌਰ ਤੇ ਸਰਕਾਰ ਨੇ ਕਿਸਾਨਾਂ ਦੇ ਹੱਥ ਪੱਲੇ ਕੁਝ ਵੀ ਨਹੀਂ ਫੜਾਇਆ ਯਾਨੀ ਕਿ 11 ਦੀਆਂ 11 ਬੈਠਕਾਂ ਜਿਹੜੀਆਂ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਹੋਈਆਂ ਉਹ ਬਿਲਕੁਲ ਬੇਸਿੱਟਾ ਰਹੀਆਂ ਨੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਜਿਹੜੀ ਕਿਸਾਨ ਲੀਡਰਾਂ ਦੀ ਬੈਠਕ ਹੋਈ ਪੂਰਨ ਤੌਰ ਤੇ ਬੇਸਿੱਟਾ ਰਹੀ ਹੈ ਤੁਹਾਨੂੰ ਪਿੱਛੇ ਲੈ ਚਲਦੇ ਹਾਂ ਨਵੰਬਰ ਦੇ ਮਹੀਨੇ ਜਦੋਂ ਪੰਜਾਬ ਦੇ ਵਿੱਚ ਮਹੀਨਿਆਂ ਤੋਂ ਬੈਠੇ ਕਿਸਾਨਾਂ ਨੇ ਦਿੱਲੀ ਜਾਣ ਦਾ ਫੈਸਲਾ ਕੀਤਾ ਦਿੱਲੀ ਕੂਚ ਕਰਨ ਦਾ ਜਦੋਂ ਐਲਾਨ ਕੀਤਾ ਉਸ ਤੋਂ ਬਾਅਦ ਕੌਮੀ মিডিਆ ਥੋੜਾ ਜਿਹਾ ਜਾਗਿਆ ਸਰਕਾਰ ਨੂੰ ਵੀ ਥੋੜਾ ਜਿਹਾ ਸੇਕ ਲੱਗਣਾ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਹਰਿਆਣਾ ਦੀ ਸਰਕਾਰ ਨੇ ਕਿਸਾਨਾਂ ਦੇ ਰਾਹ ਦੇ ਵਿੱਚ ਬਹੁਤ ਹੀ ਅਜੀਬ ਤਰੀਕੇ ਦੀਆਂ ਰੋਕਾਂ ਨੇ ਜਿਹੜੀਆਂ ਉਹ ਲਾ ਦਿੱਤੀਆਂ ਤਾਂ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ ਪੰਜਾਬ ਤੋਂ ਹਰਿਆਣਾ ਦੇ ਵੱਲ ਖਨੌਰੀ ਬਾਰਡਰ ਤੋਂ ਜਾਂਦੇ ਰਾਹ ਨੂੰ ਹਰਿਆਣਾ ਪੁਲਿਸ ਨੇ ਸੀਲ ਕਰ ਦਿੱਤਾ ਸੀ ਪਰ ਕਿਸਾਨ ਖਨੌਰੀ ਬਾਰਡਰ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਣੇ ਦੋ ਦਿਨ ਪਹਿਲਾਂ ਹੀ ਸ਼ੁਰੂ ਹੋ ਗਏ ਸੀ ਕਿਸਾਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਕਈ-ਕਈ ਮਹੀਨਿਆਂ ਦਾ ਰਾਸ਼ਨ ਲੈ ਕੇ ਉਹ ਦਿੱਲੀ ਜਾਣਗੇ ਪਹਿਲੀ ਵਾਰੀ ਇਹ ਨਜ਼ਾਰਾ ਸਭ ਨੂੰ ਦੇਖਣ ਨੂੰ ਮਿਲਿਆ ਸੀ ਜਦੋਂ ਕਿਸਾਨਾਂ ਨੇ ਇੱਕ ਟਰੈਕਟਰ ਦੇ ਪਿੱਛੇ ਦੋ-ਦੋ ਟਰਾਲੀਆਂ ਲਾਈਆਂ ਇੱਕ ਟਰਾਲੀ ਵਿੱਚ ਆਪਦੇ ਰਹਿਣ ਦਾ ਪ੍ਰਬੰਧ ਤੇ ਦੂਸਰੀ ਟਰਾਲੀ ਦੇ ਵਿੱਚ 6-6 ਮਹੀਨੇ ਦਾ ਰਾਸ਼ਨ ਉਹ ਸਾਰੇ ਦ੍ਰਿਸ਼ ਸ਼ਾਇਦ ਕਦੇ ਕਿਸੇ ਨੂੰ ਨਹੀਂ ਭੁੱਲਣਗੇ ਤੇ ਇਹ ਤਸਵੀਰਾਂ ਦੇਖ ਕੇ ਤੁਸੀਂ ਉਹ ਸਾਰੇ ਦ੍ਰਿਸ਼ਾਂ ਨੂੰ ਮੁੜ ਤੋਂ ਮੁੜ ਤੋਂ ਆਪਣੀਆਂ ਅੱਖਾਂ ਦੇ ਸਾਹਮਣੇ ਲਿਆ ਸਕਦੇ ਹੋ ਜਦੋਂ ਕਿਸਾਨ 100 ਦਿਨ ਪਹਿਲਾਂ ਦਿੱਲੀ ਨੂੰ ਗਏ ਸੀ ਹਰਿਆਣਾ ਦੇ ਨੌਜਵਾਨ ਨਵਦੀਪ ਸਿੰਘ ਨੇ ਪੁਲਿਸ ਦੀਆਂ ਜਿਹੜੀਆਂ ਖੋਲੀਆਂ ਗਈਆਂ ਜਲਤੋਪਾਂ ਸੀ ਉਹਨਾਂ ਦੇ ਮੂੰਹ ਮੋੜ ਦਿੱਤੇ ਸੀ ਕਿਸਾਨਾਂ ਦੇ ਵੱਲ ਜਲਤੋਪਾਂ ਦੇ ਮੂੰਹ ਹਰਿਆਣਾ ਦੀ ਪੁਲਿਸ ਨੇ ਖੋਲੇ ਸੀ ਤਾਂ ਕਿ ਕਿਸਾਨ ਡਰ ਕੇ ਪਿੱਛੇ ਨੂੰ ਭੱਜ ਜਾਣ ਪਰ ਕਿਸਾਨ ਹੰਝੂ ਗੈਸ ਦੇ ਗੋਲੇ ਪਾਣੀ ਦੀਆਂ 부ਛਾੜਾਂ ਜਾਂ ਫਿਰ ਵੱਡੇ ਵੱਡੇ ਬੈਰੀਕੇਟ ਜਿਹੜੇ ਲਾਏ ਸੀ ਉਹਨਾਂ ਨੂੰ ਤੋੜ ਕੇ ਅੱਗੇ ਵਧਦੇ ਗਏ ਦਿੱਲੀ ਵੱਲ ਜਾਂਦੇ ਰਾਹ ਦੇ ਵਿੱਚ ਕਿਸਾਨਾਂ ਦੇ ਮੂਰੇ ਸੜਕਾਂ ਵੀ ਪੁੱਟ ਦਿੱਤੀਆਂ ਗਈਆਂ ਤਾਂ ਕਿ ਜਿਹੜੇ ਕਿਸਾਨਾਂ ਦੇ ਟਰੈਕਟਰ ਨੇ ਉਹ ਪੱਟੀ ਹੋਈ ਸੜਕ ਨੂੰ ਪਾਰ ਨਾ ਕਰ ਸਕਣ ਪਰ ਕਿਸਾਨਾਂ ਨੇ ਉਹਨਾਂ ਨੂੰ ਵੀ ਪਾਰ ਕਰ ਲਿਆ ਕਈ ਥਾਈਂ ਕਿਸਾਨਾਂ ਦੇ ਟਰੈਕਟਰਾਂ ਦੇ ਟਾਇਰਾਂ ਦੀ ਹਵਾ ਵੀ ਕੱਢ ਦਿੱਤੀ ਗਈ ਸੀ ਪਰ ਕਿਸਾਨ ਹਰ ਮੁਸ਼ਕਿਲ ਨੂੰ ਤੋੜਦੇ ਹੋਏ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬਹਿ ਗਏ ਸੀ ਪਰ ਜਦੋਂ ਦਿੱਲੀ ਕਿਸਾਨ ਪਹੁੰਚਦੇ ਨੇ ਤਾਂ ਉੱਥੇ ਵੀ ਕਿਸਾਨਾਂ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਦਿੱਲੀ ਦੇ ਬਾਰਡਰਾਂ ਦੇ ਉੱਤੇ ਹੀ ਕਿਸਾਨਾਂ ਦੇ ਮੂਹਰੇ ਵੱਡੇ ਵੱਡੇ ਬੈਰੀਕੇਡ ਲਾ ਦਿੱਤੇ ਗਏ ਤੇ ਫਿਰ ਕਿਸਾਨਾਂ ਨੇ ਆਖਿਰਕਾਰ ਫੈਸਲਾ ਕੀਤਾ ਕਿ ਉਹ ਬਾਰਡਰਾਂ ਦੇ ਉੱਤੇ ਹੀ ਆਪਣੇ ਮੋਰਚੇ ਲਾਉਣਗੇ ਸਰਕਾਰ ਕਹਿ ਰਹੀ ਸੀ ਕਿ ਬੁਰਾੜੀ ਦਾ ਜਿਹੜਾ ਨਿਰੰਕਾਰੀ ਸਮਾਗਮ ਸਮਾਗਮ ਗਰਾਊਂਡ ਹੈ ਉਸ ਦੇ ਵਿੱਚ ਕਿਸਾਨ ਜਾਣ ਪਰ ਕਿਸਾਨਾਂ ਨੇ ਕਿਹਾ ਕਿ ਸਾਡੀ ਗਿਣਤੀ ਬਹੁਤ ਵੱਡੀ ਹੈ ਅਸੀਂ ਉਸ ਨਿੱਕੇ ਜਿਹੇ ਗਰਾਊਂਡ ਵਿੱਚ ਆ ਹੀ ਨਹੀਂ ਸਕਦੇ ਤੇ ਕਿਸਾਨ ਕਹਿੰਦੇ ਸੀ ਸਾਨੂੰ ਪਤਾ ਹੈ ਕਿ ਸਰਕਾਰ ਸਾਨੂੰ ਉੱਥੇ ਬੰਦ ਕਰਕੇ ਬਿਠਾਉਣਾ ਚਾਹੁੰਦੀ ਹੈ ਸਾਡੀ ਘੇਰਾਬੰਦੀ ਕਰਕੇ ਸਾਨੂੰ ਉਸੇ ਇੱਕ ਥਾਂ ਦੇ ਉੱਤੇ ਜਿਹੜਾ ਹੈ ਲਿミਟਿਡ ਕਰਕੇ ਬਿਠਾਉਣਾ ਚਾਹੁੰਦੀ ਹੈ ਜਿਸ ਤੋਂ ਬਾਅਦ ਫਿਰ ਇਹ ਫੈਸਲਾ ਹੋਇਆ ਕਿ ਜਿਹੜੇ ਜਿਹੜੇ ਰਾਤੋਂ ਕਿਸਾਨ ਗਏ ਸੀ ਸਿੰਗੂ ਟਿੱਕਰੀ ਤੇ ਗਾਜ਼ੀਪੁਰ ਤਿੰਨ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਮੁੱਖ ਤੌਰ ਤੇ ਮੋਰਚੇ ਲੱਗੇ ਹੋਏ ਨੇ ਉਸ ਤੋਂ ਬਾਅਦ ਹਾਲਾਂਕਿ ਬਾਅਦ ਵਿੱਚ ਸ਼ਾਹਜਹਾਂਪੁਰ ਬਾਰਡਰ ਨੂੰ ਵੀ ਰੋਕਿਆ ਗਿਆ ਤੇ ਫਿਰ ਹਰਿਆਣਾ ਦਾ ਇੱਕ ਪਲਵਲ ਜਿਹੜਾ ਬਾਰਡਰ ਹੈ ਉਸ ਨੂੰ ਵੀ ਰੋਕਿਆ ਗਿਆ ਪਰ ਮੁੱਖ ਤੌਰ ਤੇ ਮੋਰਚੇ ਤਿੰਨ ਬਾਰਡਰਾਂ ਦੇ ਉੱਤੇ ਹੀ ਲੱਗੇ ਹੋਏ ਨੇ ਸੋ ਕਿਸਾਨਾਂ ਨੇ ਜਿਸ ਤਰੀਕੇ ਦੇ ਨਾਲ ਸਰਕਾਰ ਦੀਆਂ ਲਾਈਆਂ ਰੋਕਾਂ ਤੋੜੀਆਂ ਉਹ ਇਤਿਹਾਸ ਦੇ ਵਿੱਚ ਦਰਜ ਹੋ ਗਈਆਂ ਤੇ ਜਿਹੜੇ ਤਰੀਕੇ ਵਰਤ ਕੇ ਸਰਕਾਰਾਂ ਨੇ ਕਿਸਾਨਾਂ ਨੂੰ ਰੋਕਣਾ ਚਾਹਿਆ ਉਹ ਵੀ ਕਾਲੇ ਅੱਖਰਾਂ ਦੇ ਵਿੱਚ ਇਤਿਹਾਸ ਵਿੱਚ ਲਿਖਿਆ ਗਿਆ ਕਿਸਾਨ ਲੀਡਰ ਕੌ ਮੰਤਰੀ ਚਿਹਰਿਆਂ ਵੱਜੋਂ ਉبرੇ ਉਹਨਾਂ ਵਿੱਚੋਂ ਕਈ ਵਾਰੀ મતਭੇਦ ਅਤੇ ਕਿਸਾਨਾਂ ਦੇ ਦੁਫਾੜ ਹੋਣ ਦੇ ਖਦਸ਼ੇ ਵੀ ਪੈਦਾ ਹੁੰਦੇ ਰਹੇ ਕਈ-ਕਈ ਸਮਿਆਂ ਦੇ ਉੱਤੇ ਪਰ ਲੀਡਰਾਂ ਨੇ ਬੜੀ ਸੂਝ-ਬੂਝ ਦੇ ਨਾਲ ਹਰ ਮਸਲੇ ਨੂੰ ਸੰਭਾਲ ਲਿਆ ਹਾਲਾਂਕਿ 26 ਜਨਵਰੀ ਤੋਂ ਬਾਅਦ ਥੋੜੀ ਕਿਰਕਰੀ ਜ਼ਰੂਰ ਹੋਈ ਹੈ ਤੇ ਪਰ ਫਿਰ ਵੀ ਇਹ ਮੋਰਚਾ ਚੱਲ ਰਿਹਾ ਹੈ ਲਗਾਤਾਰ ਜੋਸ਼ ਦੇ ਨਾਲ ਚੱਲ ਰਿਹਾ ਹੈ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਵੀ ਕਈ ਵਾਰੀ ਸਟੇਜ ਤੋਂ ਵਿਵਾਦਿਤ ਬਿਆਨ ਦੇ ਕੇ ਸੁਰਖੀਆਂ ਦੇ ਵਿੱਚ ਘਿਰਦੇ ਰਹੇ ਕਿਸਾਨ ਲੀਡਰ ਵੱਡੇ ਚਿਹਰੇ ਬਣ ਕੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਜਗਜੀਤ ਸਿੰਘ ਢੱਲੇਵਾਲਾ ਰਾਕੇਸ਼ ਟਿਕੈਤ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਮੁੱਖ ਤੌਰ ਤੇ ਸ਼ਾਮਿਲ ਨੇ ਇਹ ਪ੍ਰਕਿਰਤੀ ਦਾ ਉਸ ਮਾਲਕ ਦਾ ਸੰਦੇਸ਼ ਹੈ ਇਹ ਅੰਦੋਲਨ ਨੂੰ ਨਾ ਮੰਨੀ ਆਪਾਂ ਇਹ ਤੇ ਇੱਕ ਇੱਕ ਬਦਲਾਅ ਦਾ ਸੰਦੇਸ਼ ਉਹ ਪਰਵਾਦਾ ਉਹ ਕਿਹਦੇ ਹੱਥੋਂ ਕਰਾ ਦੇ ਇਹ ਉਹਦੀ ਮਰਜ਼ੀ ਹੈ ਇਹ ਬੰਦੇ ਦੇ ਕੁਝ ਨਹੀਂ ਬਸਦਾ ਇਹ ਤੇ ਜਿਵੇਂ ਕਿ ਹੈ ਨਾ ਉਹੋ ਹੀ ਅਰਜਨ ਸੀ ਜਿਹਦੇ ਤੀਰ ਤੋਂ ਦੁਨੀਆ ਕੰਬਦੀ ਸੀ ਉਹੋ ਹੀ ਅਰਜਨ ਸੀ ਜਿਸ ਤੋਂ ਭੀਲ ਗੋਪੀਆਂ ਖੋ ਕੇ ਲੈ ਗਏ ਸਮਾ ਸਮਾ ਸਮਰਤ ਉਹੋ ਹੀ ਅਰਜਨ ਦੇ ਤੀਰ ਉਹੋ ਹੀ ਅਰਜਨ ਦੇ ਹੱਥ ਇਹ ਜਿਹੜਾ ਸੰਘਰਸ਼ ਹੈ ਨਾ ਇਹ ਵੱਖਰਾ ਜਿਹੜਾ ਪਹਿਲੇ ਸੰਘਰਸ਼ ਤੋਂ ਵੱਖਰਾ ਹੈ ਉਹ ਇਸ ਕਰਕੇ ਹੈ ਵੀ ਇਸ ਸੰਘਰਸ਼ ਤੇ ਇਹ ਤੇ ਮੈਨੂੰ ਸਾਡਾ ਕੋਈ ਔਕਾਤ ਨਹੀਂ ਇਹ ਸੰਘਰਸ਼ ਖੜਾ ਕਰਨ ਦੀ ਉਸ مالک ਦੀ ਬਖਸ਼ਿਸ਼ ਇਹ ਬੰਦੇ 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 ਦਾ ਕੰਮ ਕੋ ਨਹੀਂ ਹੈ ਬੰਦੇ ਦੇ ਇਹ ਦੇ ਦਿਮਾਗ ਬੰਦੇ ਦਾ ਸਾਤਰੀ ਦਿਮਾਗ ਹੁੰਦਾ ਹੈ ਤੇ ਤੇ ਉਸ ਉਸ ਪ੍ਰਮਾਤਮਾ ਦਾ ਖੜਾ ਕੀਤਾ ਹੋਇਆ ਸਾਰਾ ਕੁਝ ਹੈ ਉਹਦਾ ਮੇਰੇ ਮੈਨੂੰ ਤੇ ਇਹ ਲੱਗਦਾ ਹੈ ਵੀ ਉਹ ਕੁਝ ਬਦਲਾਵ ਛਾ ਰਿਹਾ ਹੈ ਉਹ ਕੁਝ ਬਦਲਾਵ ਛਾ ਰਿਹਾ ਹੈ ਜਿਵੇਂ ਇੱਕ ਚੀਜ਼ ਹੁੰਦੀ ਹੈ ਨਾ ਕਦੇ ਵੱਧਦੀ ਹੈ ਫਿਰ ਅੱਗੇ ਜਾ ਕੇ ਘਟਦੀ ਹੈ ਫਿਰ ਵੱਧਦੀ ਹੈ ਫਿਰ ਘਟਦੀ ਹੈ ਇਹ ਪ੍ਰਕਿਰਤੀ ਦਾ ਨਿਯਮ ਹੈ ਔਰ ਸਰਕਾਰ ਦੀ ਪਾਲਿਸੀ ਇਹ ਹੈ ਕਿ ਜਿੰਨਾ ਇਹ ਹੱਥ ਕੰਮ ਕਰਨਗੇ ਉਹਨਾਂ ਸਾਡੀ ਜੀਡੀਪੀ ਵਧੇਗੀ ਉਹ ਜੀਡੀਪੀ ਵਧਾਉਣ ਦੇ ਚੱਕਰ ਦੇ ਵਿੱਚ ਸਾਡੇ ਕਿਸਾਨਾਂ ਦਾ ਲੱਕ ਤੋੜ ਕੇ ਇਹਨਾਂ ਤੋਂ ਜ਼ਮੀਨ ਖੋਣ ਦਾ ਇੱਕ ਮਤਲਬ ਸਰਕਾਰ ਦਾ ਛੜਜੰਤਰ ਹੈ ਜਿਹਦੇ ਖਿਲਾਫ ਅਸੀਂ ਲੜ ਰਹੇ ਹਾਂ ਸਾਡਾ ਰਵਈਆ ਉਹੀ ਆ ਜੋ ਪਹਿਲਾਂ ਸੀਗਾ ਕਿਸਾਨ ਪ੍ਰੇਡ ਹੋਊਗੀ ਔਰ ਦਿੱਲੀ ਦੇ ਵਿੱਚ ਹੀ ਹੋਊਗਾ ਐਨ ਵੱਜਮਾ ਹੋਊਗਾ ਸਾਡਾ ਕਾਫਲਾ ਬਿਲਕੁਲ ਪੱਤਾ ਨਹੀਂ ਤੋੜਦੇ ਦਿੱਲੀ ਦਾ ਪੱਤਾ ਨਹੀਂ ਤੋੜਦੇ ਮੇਰੇ ਕੋਲ ਨੂੰ ਐ ਕਹਦੋ ਸਰਕਾਰ ਵਾਅਦਿਆਂ ਤੋਂ ਭੱਜ ਗਈ ਮਦਰ ਨੂੰ ਨਹੀਂ ਮੰਨੀ ਜਿਹੜੇ ਕਿਸਾਨ ਸਾਰੇ ਮੰਗਦੇ ਨੇ 10 ਲੱਖ ਕਿਸਾਨ ਪੰਜਾਬ ਚ ਹਰਿਆਣਾ ਚ ਜੂਪੀ ਚੱਲਿਆ ਹੋਇਆ ਹੈਗਾ ਜੇ ਆਪਾਂ ਗੱਲ ਕਰ ਲਈਏ ਵੀ ਸਰਕਾਰ ਉਸ 25% ਮੰਨੀ ਨਹੀਂ ਕਿਸਾਨਾਂ ਨੇ ਮੰਗਾ ਅੰਦੋਲਨ ਸਾਡਾ ਲੰਮਾ ਚੱਲਣਾ ਦੇਖੋ ਬੜਾ ਸਪਸ਼ਟ ਮੈਸੇਜ ਹੈ ਲੱਖਾਂ ਕਿਸਾਨ ਆ ਰਹੇ ਨੇ ਲੱਖਾਂ ਦੀ ਤਰ੍ਹਾਂ ਚ ਟਰੈਕਟਰ ਆ ਰਹੇ ਨੇ ਸਾਰੇ ਦੇਸ਼ ਵਿੱਚੋਂ ਔਰ ਸਾਰਿਆਂ ਨੂੰ ਇੱਕੋ ਅਪੀਲ ਹੈ ਵੀ ਸ਼ਾਂਤਮਈ ਰਹਿਣਾ ਇੱਕ ਫਾਰਮੂਲਾ ਯਾਦ ਰੱਖੋ ਜੇ ਤਾਂ ਸ਼ਾਂਤਮਈ ਰਹੋਗੇ ਤਾਂ ਤੁਸੀਂ ਜਿੱਤੋਗੇ ਜੇ ਵਾਇਲੈਂਸ ਆ ਗਿਆ ਤਾਂ ਸਰਕਾਰ ਜਿੱਤੇਗੀ ਇਹ ਤੁਹਾਡਾ ਮੋਰਚਾ ਹੈ ਇਹ ਸਾਬਤ ਕਰੋ ਦੁਨੀਆ ਦਾ ਯੂਨਿਕ ਤੁਸੀਂ ਜਿਹੜੀ ਹੈ ਟਰੈਕਟਰ ਪਰੇਡ ਕਰਨ ਜਾ ਰਹੇ ਹੋ ਤੇ ਇਹਦੇ ਚ ਸ਼ਾਂਤੀ ਰੱਖਣਾ ਤੁਹਾਡੀ ਮੂਡਰਲੀ ਡਿਊਟੀ ਹੈ ਸਰਕਾਰ ਦੇਖੇ ਕਿ ਅਸੀਂ ਤਾਂ ਟੇਬਲ ਟਾਕ ਲਈ ਤਿਆਰ ਹੋ ਅਸੀਂ ਹਮੇਸ਼ਾ ਹੀ ਤਿਆਰ ਹਾਂ ਦੇਖੀਏ ਬੜੀ ਅਫਸੋਸ ਦੀ ਬਾਤ ਹੈ ਔਰ ਦੁੱਖ ਦੀ ਬਾਤ ਹੈ ਕਿ ਲੋਕਤੰਤਰ ਕੇ ਅੰਦਰ ਦੇਸ਼ ਕੀ ਜਨਤਾ ਕੀ ਬਾਤ ਹੀ ਨਹੀਂ ਸੁਣੀ ਜਾ ਰਹੀ ਹੈ ਔਰ ਰਾਜੋਵਾਲ ਜੀ ਨੇ ਬਿਲਕੁਲ ਸਹੀ ਕਿਹਾ ਕਿ ਜਦ ਦੇਸ਼ ਕੇ ਕਰੋੜੋਂ ਕਿਸਾਨ इन कृषि कानूनों को नहीं चाहते हैं तो क्यों जबरदस्ती उसे थोपा जा रहा है तो उसको क्यों नहीं दिया जा रहा है ये मोदी सरकार देश के करोड़ों किसानों की भावनाओं का सम्मान क्यों नहीं कर रही है कब तक लड़ेंगे हम क्या कहीं जा लग रहे कौन जाएगा घर वापसी यही रहेंगे हल कैसे निकलेगा आप बोल रहे हैं कि हम कानून रद्द करवा के ही जाएंगे आ, और सरकार एक दो महीने में निकल जाएगा अभी तो परसों वाली मीटिंग में थोड़ा पॉजिटिविटी नजर आई थी कि सरकार सोद, आगरे, सोद आगरे के सरकार, बाद रोक पर आ गई है अब रद्द पर नहीं आ कभी गरम कभी नरम कभी गरम ऐसे ही तो जब ही तो खिचड़ी पके ठीक कब तक वही है ना कि कब तक आप लड़ेंगे थक जाता है ना इंसान नहीं, कोई नहीं थका ये हिंदुस्तान का किसान है तो खेती करता नहीं थकता ਕਿਸਾਨ ਦਾ ਇੱਕ ਸਬਰ ਹੁੰਦਾ ਹੈ ਨਾ ਸਬਰ ਟੁੱਟ ਜਾ ਕੋਈ ਨਹੀਂ ਕੋਈ ਨਹੀਂ ਸਭ ਚੱਲਗਾ ਇਹ 100 ਦਿਨਾਂ ਦੇ ਕਿਸਾਨ ਮੋਰਚੇ ਦਾ ਇੱਕ ਹੋਰ ਰੰਗ ਜਿਹੜਾ ਹੈਗਾ ਉਹ ਖਾਸ ਤੌਰ ਤੇ ਇਹ ਹੈ ਕਿ ਕਿਸਾਨਾਂ ਨੇ ਤਕਰੀਬਨ ਇਹਨਾਂ ਮਹੀਨਿਆਂ ਵਿੱਚ ਆਉਣ ਵਾਲੇ ਸਾਰੇ ਤਿਹਾਰ ਜਿਹੜੇ ਬਾਰਡਰਾਂ ਦੇ ਉੱਤੇ ਹੀ ਮਨਾਏ ਸਭ ਨੂੰ ਪਤਾ ਹੈ ਕਿ ਬਾਰਡਰਾਂ ਦੇ ਉੱਤੇ ਕਿਸਾਨ ਕੋਈ ਘਰ પાਕੇ ਨਹੀਂ ਬੈਠੇ ਬਲਕਿ ਟਰਾਲੀਆਂ ਦੇ ਵਿੱਚ ਹੀ ਘਰ પાਕੇ ਬੈਠੇ ਨੇ ਇੱਟਾਂ ਦੇ ਮਕਾਨਾਂ ਦੇ ਵਿੱਚ ਕਿਸਾਨ ਨਹੀਂ ਬੈਠੇ ਨਾ ਹੀ ਕਿਸੇ ਹੋਟਲਾਂ ਦੇ ਵਿੱਚ ਠਹਿਰੇ ਹੋਏ ਨੇ ਨਾ ਹੀ ਸਰਕਾਰ ਨੇ ਉਹਨਾਂ ਦੇ ਲਈ ਕੋਈ ਪ੍ਰਬੰਧ ਕੀਤਾ ਉਹ ਸੜਕਾਂ ਦੇ ਉੱਤੇ ਬੈਠੇ ਨੇ ਟਰਾਲੀਆਂ ਦੇ ਵਿੱਚ ਗੱਦੇ ਵਿਛਾ ਕੇ ਉਹ ਸਰਦੀਆਂ ਦੇ ਵਿੱਚ ਵੀ ਸੁੱਤੇ ਨੇ ਕੱਕਰ ਦੀਆਂ ਰਾਤਾਂ ਦੇ ਵਿੱਚ ਸੜਕਾਂ ਦੇ ਉੱਤੇ ਵੀ ਸੁੱਤੇ ਨੇ ਤੇ ਹੁਣ ਗਰਮੀ ਦੇ ਵਿੱਚ ਵੀ ਉਹਨਾਂ ਹਾਲਾਤਾਂ ਦੇ ਵਿੱਚ ਉੱਥੇ ਹੀ ਕਿਸਾਨਾਂ ਨੇ ਰਹਿਣਾ ਹੈ ਕਿਸਾਨਾਂ ਨੇ ਲੋਹੜੀ ਦਾ ਤਿਹਾਰ ਵੀ ਸਰਹੱਦਾਂ ਦੇ ਉੱਤੇ ਮਨਾਇਆ ਪਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਨਵਾਂ ਸਾਲ ਵੀ ਕਿਸਾਨਾਂ ਨੇ ਬਾਰਡਰਾਂ ਦੇ ਉੱਤੇ ਹੀ ਮਨਾਇਆ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਸਿੰਘੂ ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ਦੇ ਉੱਤੇ ਅਰਦਾਸ ਕੀਤੀ ਗਈ ਅਤੇ ਦੇਗ ਵਰਤਾਏ ਗਏ ਛੋਟੇ ਸਾਹਿਬਜ਼ਾਦਿਆਂ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵੀ ਇਸ ਵਾਰ ਦਿੱਲੀ ਦੀਆਂ ਹੱਦਾਂ ਤੇ ਮਨਾਏ ਗਏ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਜਿਹੜੇ ਸੰਗਤ ਹੈਗੀ ਉਹ ਖਾਸ ਤੌਰ ਤੇ ਇਹਨਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਸ਼ਾਮਲ ਹੁੰਦੀ ਹੈ। ਤੇ ਇਸ ਜ਼ਿਲ੍ਹੇ ਦੇ ਜਿਹੜੇ ਬਹੁਤ ਸਾਰੇ ਲੋਕ ਉੱਥੇ ਅਜੇਹੇ ਮਿਲੇ ਜਿਹੜੇ ਕਿ ਭਾਵੁਕ ਹੁੰਦੇ ਵੀ ਨਜ਼ਰ ਆਏ ਕਿ ਸ਼ਹੀਦਾਂ ਦੀ ਸ਼ਹਾਦਤ ਮੌਕੇ ਅਸੀਂ ਪਟੇਗੜ੍ਹ ਸਾਹਿਬ ਦੀ ਧਰਤੀ ਨੂੰ ਜ਼ਰੂਰ ਸਜਦਾ ਕਰਦੇ ਆਂ ਪਰ ਇਹ ਕੇਂਦਰ ਦੀ ਸਰਕਾਰ ਹੈ ਜਿਹੜੀ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਤੇ ਸਾਨੂੰ ਮਜਬੂਰੀ ਦੇ ਵਿੱਚ ਇੱਥੇ ਆਪਣੇ ਹੱਕਾਂ ਦੇ ਖਾਤਰ ਬਹਿਣਾ ਪੈ ਰਿਹਾ ਦੁਸ਼ਹਿਰੇ ਦਾ ਤਿਹਾਰ ਹਾਲਾਂਕਿ ਦਿੱਲੀ ਪਹੁੰਚਣ ਤੋਂ ਪਹਿਲਾਂ ਆਇਆ ਸੀ ਪਰ ਉਸ ਤਿਹਾਰ ਦੇ ਵਿੱਚ ਵੀ ਕਿਸਾਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਤਲੇ ਫੋਕੇ ਸੀ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਗੱਲ ਦਰਜ ਹੋ ਗਈ ਹੈ ਕਿ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਦੇ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਕੋ ਦਿਨ ਪੁਤਲੇ ਕਦੇ ਨਹੀਂ ਫੂਕੇ ਗਏ ਪਰ ਨਰਿੰਦਰ ਮੋਦੀ ਦੇ ਨਾਮ ਇਹ ਰਿਕਾਰਡ ਹੈ ਜਿਹੜਾ ਉਹ ਜ਼ਰੂਰ ਲੱਗ ਗਿਆ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਾਸ ਤੌਰ ਤੇ ਕਿਸਾਨਾਂ ਦੇ ਨਾਲ ਖਫਾ ਹੀ ਨਜ਼ਰ ਆਏ ਹਾਲਾਂਕਿ ਦੁਸ਼ਹਿਰੇ ਵਾਲੇ ਦਿਨ ਮੋਦੀ ਦੇ ਨਾਲ ਅੰਬਾਨੀ ਐਡਾਨੀ ਦੇ ਪੁਤਲੇ ਵੀ ਫੂਕੇ ਗਏ ਤੇ ਪੁਤਲੇ ਫੂਕਣ ਦਾ ਸਿਲਸਿਲਾ ਕਿਸਾਨ ਸੰਘਰਸ਼ ਦਰਮਿਆਨ ਲਗਾਤਾਰ ਜਾਰੀ ਹੈ ਆਈਐਮਐਫ ਦੀ ਮੁਖੀ ਦੇ ਪੁਤਲੇ ਵੀ ਕਿਸਾਨਾਂ ਨੇ ਫੂਕੇ ਕਿਉਂਕਿ ਉਹਨਾਂ ਨੇ ਵੀ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਲਈ ਸਹੀ ਦੱਸਿਆ ਭਾਜਪਾ ਲੀਡਰਾਂ ਦਾ ਵਿਰੋਧ ਪੰਜਾਬ ਦੇ ਨਾਲ ਨਾਲ ਹਰਿਆਣਾ ਤੇ ਯੂਪੀ ਦੇ ਵਿੱਚ ਲਗਾਤਾਰ ਜਾਰੀ ਹੈ ਜੀਓ ਸਿਮ ਪੋਰਟ ਕਰਾਉਣ ਦੀ ਵੀ ਇੱਕ ਸਮੇਂ ਨੇਰੀ ਆ ਗਈ ਸੀ ਤੇ ਪੰਜਾਬ ਦੇ ਵਿੱਚ ਰਿਕਾਰਡ ਜੀਓ ਦੇ ਗਾਕਾਂ ਨੇ ਜੀਓ ਨੂੰ ਮੱਥਾ ਟੇਕ ਦਿੱਤਾ ਸੀ ਯਾਨੀ ਕਿ ਜੀਓ ਸਿਮ ਨੂੰ ਛੱਡ ਕੇ ਹੋਰ ਸਿਮ ਵੱਲ ਉਹ ਚਲੇ ਗਏ ਸੀ ਉਹਨਾਂ ਨੇ ਸਿਮ ਪੋਰਟ ਕਰਵਾ ਲਏ ਸੀ ਤੇ ਇਸੇ ਦਰਮਿਆਨ Jio ਦੇ ਦਫਤਰ Reliance ਦੇ ਦਫਤਰ ਤੇ Jio ਦੇ ਜਿਹੜੇ ਟਾਵਰ ਲੱਗੇ ਹੋਏ ਸੀ ਉਹ ਵੀ ਕਿਸਾਨਾਂ ਦੇ ਵੱਲੋਂ ਬੰਦ ਕੀਤੇ ਗਏ ਰਿਕਾਰਡ ਹੈ ਕਿ Reliance ਦੇ ਜਿਹੜੇ ਸਟੋਰ ਨੇ ਪੰਜਾਬ ਦੇ ਵਿੱਚ ਹਾਲੇ ਤੱਕ ਬੰਦ ਨੇ ਯਾਨੀ ਕਿ ਅੱਜ ਤੱਕ ਬੰਦ ਨੇ ਕਈ ਮਹੀਨੇ ਹੋ ਚੱਲੇ ਨੇ ਕਿਸਾਨੀ ਸੰਘਰਸ਼ ਦਰਮਿਆਨ ਤੁਹਾਨੂੰ ਸਭ ਨੂੰ ਯਾਦ ਹੋਏਗੀ ਬਠਿੰਡਾ ਦੀ ਰਹਿਣ ਵਾਲੀ ਬੇਬੇ ਮਹਿੰਦਰ ਕੌਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਘਟਿਆ ਟਿੱਪਣੀ ਕਰਕੇ ਦੀ ਚਰਚਾ ਵਿਚਾਈ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ 80 ਸਾਲਾ ਬੇਬੇ ਮਹਿੰਦਰ ਕੌਰ ਵੀ ਦਿੱਲੀ ਬਾਰਡਰ ਤੇ ਧਰਨੇ ਤੇ ਪਹੁੰਚੀ ਸੀ ਕੰਗਣਾ ਨੇ ਬੀਬੇ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਬੀਬੀ ਕਹਿ ਕੇ ਟਵੀਟ ਕੀਤਾ ਸੀ ਤੇ ਇਹ ਵੀ ਲਿਖਿਆ ਸੀ ਕਿ ਅਜਿਹੀਆਂ ਬੀਬੀਆਂ ਕੁਛ ਕ ਪੈਸੇ ਦੇ ਕੇ ਲਿਆਂਦੀਆਂ ਜਾਂਦੀਆਂ ਨੇ ਹਾਲਾਂਕਿ ਬਾਅਦ ਵਿੱਚ ਕੰਗਣਾ ਨੇ ਟਵੀਟ ਡਿਲੀਟ ਕਰ ਦਿੱਤਾ ਸੀ ਉਸ ਤੋਂ ਬਾਅਦ ਫੈਕਟ ਚੈੱਕ ਕਰਨ ਵਾਲੀ ਸੰਸਥਾ ਆਲਟ ਨਿਊਜ਼ ਨੇ ਕੰਗਣਾ ਦੇ ਇਸ ਦਾਅਵੇ ਨੂੰ ਆਪਣੀ ਰਿਪੋਰਟ ਦੇ ਵਿੱਚ ਗਲਤ ਸਾਬਿਤ ਵੀ ਕੀਤਾ ਸੀ ਕੰਗਣਾ ਖਿਲਾਫ ਬੀਬੇ ਨੇ ਕੇਸ ਵੀ ਦਰਜ ਕਰਾਇਆ ਕਿਉਂਕਿ ਕੰਗਣਾ ਨੇ ਮਾਫੀ ਨਹੀਂ ਮੰਗੀ ਕਿਸਾਨ ਆंदोलਨ ਦੀ ਇੱਕ ਖਾਸੀਅਤ ਇਹ ਵੀ ਰਹੀ ਹੈ ਕਿ ਜਿੱਥੇ ਬਾਲੀਵੁੱਡ ਦੀਆਂ ਕਈ ਹਸਤੀਆਂ ਜਾਂ ਤਾਂ ਕਿਸਾਨੀ ਅੰਦੋਲਨ ਬਾਰੇ ਚੁੱਪ ਰਹੀਆਂ ਜਾਂ ਫਿਰ ਸਰਕਾਰ ਦੇ ਪੱਖ ਵਿੱਚ ਖੜੀਆਂ ਨਜ਼ਰ ਆਈਆਂ ਬਿਲਕੁਲ ਹੀ ਇਕਾ ਦੁੱਕਾ ਜਿਹੜੇ ਬਾਲੀਵੁੱਡ ਅਦਾਕਾਰ ਨੇ ਉਹ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਵਿੱਚ ਬੋਲੇ ਤੇ ਕਿਸਾਨੀ ਸੰਘਰਸ਼ ਦੇ ਵਿਰੋਧ ਦੇ ਵਿੱਚ ਵੀ ਉਦੋਂ ਬਾਲੀਵੁੱਡ ਅਦਾਕਾਰ ਬੋਲੇ ਜਦੋਂ ਕੋ ਮੰਤਰੀ ਪੱਧਰ ਦੀ ਗਾਇਕਾ ਰਿਹਾਨਾ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕੀਤਾ ਰਿਹਾਨਾ ਤੋਂ ਬਾਅਦ ਕੋ ਮੰਤਰੀ ਹਸਤੀਆਂ ਦੇ ਕਿਸਾਨਾਂ ਨੂੰ ਸਮਰਥਨ ਦੀ ਛੜੀ ਲੱਗ ਗਈ ਸੀ ਰਿਹਾਨਾ ਤੋਂ ਬਾਅਦ ਨਾ ਆਇਆ ਗ੍ਰੇਟਾ ਥਨਬਰਗ ਦਾ ਜਾਂ ਫਿਰ ਕਵਿਤਰੀ ਰੂਪੀ ਕੌਰ ਹੋਵੇ ਜਾਂ ਫਿਰ ਵੱਖ-ਵੱਖ ਦੇਸ਼ਾਂ ਦੇ ਵੱਡੇ ਸਿਆਸਤਦਾਨ ਹੋਣ ਸਭ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਜਿਹੜੀ ਕਿ ਕੇਂਦਰ ਸਰਕਾਰ ਨੂੰ ਹਜ਼ਮ ਨਹੀਂ ਆਈ ਤੇ ਫਿਰ ਭਾਰਤ ਦੇ ਬਹੁਤ ਸਾਰੇ ਕਲਾਕਾਰਾਂ ਨੇ ਕੇਂਦਰ ਸਰਕਾਰ ਦੇ ਹੱਕ ਦੇ ਵਿੱਚ ਟਵੀਟ ਕੀਤੇ ਪਰ ਰਹਿਾਨਾ ਦਾ ਇੱਕ ਟਵੀਟ ਹੈ ਜਿਹੜਾ ਉਹ ਸ਼ਾਇਦ ਕੇਂਦਰ ਸਰਕਾਰ ਤੇ ਵੀ ਭਾਰੀ ਪੈ ਗਿਆ ਸੀ ਕਿਉਂਕਿ ਰਹਿਾਨਾ ਦੇ ਟਵੀਟ ਤੋਂ ਬਾਅਦ ਕਿਸਾਨਾਂ ਨੂੰ ਵੱਡੇ ਪੱਧਰ ਤੇ ਕੌਮ ਮੰਤਰੀ ਪੱਦਰ ਦੀ ਹਮਾਇਤ ਮਿਲੀ ਸੀ ਤੇ ਹੁਣ ਇਹ ਜਿਹੇ ਤਾਪਸੀ ਪਨੂ ਵਰਗੇ ਕਈ ਜਿਹੜੇ ਅਦਾਕਾਰ ਹੈਗੇ ਨੇ ਜਿਨ੍ਹਾਂ ਨੇ ਸਰਕਾਰ ਨੂੰ ਕੋਸਿਆ ਸੀ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਉਨ੍ਹਾਂ ਦੇ ਖਿਲਾਫ ਸਰਕਾਰ ਨੇ ਆਮਦਨ ਕਰ ਵਿਭਾਗ ਨੂੰ ਲਾ ਦਿੱਤਾ ਹੈ ਛਾਪੇਮਾਰੀ ਕਰਨ ਦੇ ਲਈ ਤੇ ਇਸੇ ਲੜੀ ਤਹਿਤ NIA ਦੇ ਵੱਲੋਂ ਵੀ ਕਿਸਾਨੀ ਸੰਘਰਸ਼ ਤੇ ਹਮਾਇਤਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਨੋਟਿਸ ਨੇ ਜਿਹੜੇ ਉਹ ਭੇਜੇਗੇ ਸੀ ਸੋ ਕਿਸਾਨੀ ਅੰਦੋਲਨ ਦੇ ਵਿੱਚ ਜਿਵੇਂ ਦਾ ਵੀ ਕੋਈ ਯੋਗਦਾਨ ਪਾ ਸਕਦਾ ਸੀ ਉਸ ਨੇ ਓਵੇਂ ਦਾ ਹੀ ਯੋਗਦਾਨ ਪਾਇਆ ਬਰਨਾਲਾ ਦੇ ਇੱਕ AC ਮਕੈਨਿਕ ਤੇ ਉਹਨਾਂ ਦੇ ਕੁਝ ਦੋਸਤਾਂ ਵੱਲੋਂ ਝੰਡਿਆਂ ਦਾ ਲੰਗਰ ਲਾਇਆ ਗਿਆ ਡੇਰਾ ਬੱਸੀ ਦੇ ਨੌਜਵਾਨ ਅਵਤਾਰ ਸਿੰਘ ਬੈਣੀਪਾਲ ਨੇ ਸਿੰਘੂ ਬਾਰਡਰ ਤੇ ਕਿਸਾਨ ਮਜ਼ਦੂਰ ਹਸਪਤਾਲ ਹੀ ਬਣਾ ਦਿੱਤਾ ਲੰਗਰਾਂ ਦੀ ਤਾਂ ਕੋਈ ਟੋਟ ਨਹੀਂ ਐ ਦਵਾਈਆਂ ਦੇ ਲੰਗਰ, ਕੱਪੜਿਆਂ ਦੇ ਲੰਗਰ, ਭੋਜਨ ਦੇ ਲੰਗਰ, ਗਰਮ ਪਾਣੀ ਜਾਂ ਫਿਰ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਮੋਰਚਿਆਂ ਤੇ ਕੋਈ ਅਜਿਹੀ ਚੀਜ਼ ਨਹੀਂ ਬਚੀ ਹੈ ਜਿਸ ਦਾ ਲੰਗਰ ਨਾ ਲੱਗਿਆ ਹੋਵੇ ਕਈ ਨਾਮੀ ਸੰਸਥਾਵਾਂ ਖਾਸ ਕਰਕੇ ਇਹਨਾਂ ਦੇ ਵਿੱਚ ਵੱਡੀਆਂ ਸਿੱਖ ਸੰਸਥਾਵਾਂ ਸ਼ਾਮਿਲ ਨੇ ਜਿਨ੍ਹਾਂ ਨੇ ਉੱਥੇ ਮੁਫਤ ਦੇ ਵਿੱਚ ਜਿਹੜੇ ਕਿਸਾਨਾਂ ਦੇ ਲੋੜ ਦੀਆਂ ਚੀਜ਼ਾਂ ਦੇ ਲੰਗਰ ਲਗਾਤਾਰ ਲਾਏ ਹੋਏ ਨੇ ਮਹੀਨਿਆਂ ਤੋਂ ਉਥੇ ਡਟੀਆਂ ਹੋਈਆਂ ਨੇ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਘਾਟ ਹੈ ਉਹ ਨਾ ਰਹਿ ਜਾਵੇ ਇੱਥੋਂ ਤੱਕ ਕਿ ਕਈ ਜਿਹੜੇ ਦਰਜੀ ਨੇ ਕੱਪੜੇ ਸਿਉਣ ਵਾਲੇ ਦਰਜੀ ਵੀ ਆਪਣਾ ਕੰਮਕਾਰ ਛੱਡ ਕੇ ਉੱਥੇ ਜਾ ਕੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦੀ ਸੇਵਾ ਕਰ ਰਹੇ ਨੇ ਕਿਤਾਬਾਂ ਦੇ ਲੰਗਰ ਨੇ ਉਹ ਵੱਖਰੇ ਲਾਏ ਜਾ ਰਹੇ ਨੇ ਪੀ ਐਚ ਡੀ ਕਰਦੇ ਨੌਜਵਾਨਾਂ ਨੇ ਉੱਥੇ ਆਪਣੇ ਖਰਚੇ ਦੇ ਵਿੱਚੋਂ ਕਿਤਾਬਾਂ ਖਰੀਦ ਕੇ ਉਹਨਾਂ ਦੇ ਲੰਗਰ ਲਾਏ ਹੋਏ ਨੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕ ਨੇ ਜਿਹੜੇ ਉੱਥੇ ਉਹ ਕਿਸਾਨਾਂ ਦੇ ਜੋੜੇ ਨੇ ਜਿਹੜੇ ਉਹ ਪਾਲਿਸ਼ ਕਰ ਰਹੇ ਨੇ ਜੋੜੇ ਸਾਫ਼ ਕਰ ਰਹੇ ਨੇ ਸੋ ਹਰ ਕੋਈ ਆਪਣੇ ਤੌਰ ਤੇ ਜਿਵੇਂ ਦਾ ਵੀ ਯੋਗਦਾਨ ਦੇ ਸਕਦਾ ਹੈ ਉਹ ਉਸ ਮੋਰਚੇ ਦੇ ਵਿੱਚ ਲਗਾਤਾਰ ਦੇ ਰਿਹਾ ਹੈ ਕਿਸਾਨ ਮੋਰਚੇ ਦੇ ਵਿੱਚੋਂ ਪਿਛਲੇ 100 ਦਿਨਾਂ ਦੇ ਵਿੱਚ ਟਰੌਲੀ ਟਾਈਮਸ ਕਿਸਾਨ ਟਰੌਲੀ ਟਾਈਮਸ ਅਤੇ ਮੋਰਚੇ ਵਰਗੇ ਅਖਬਾਰ ਵੀ ਨਿਕਲੇ ਨੇ ਹੁਣ ਗੱਲ ਆਉਂਦੀ ਹੈ 26 ਜਨਵਰੀ ਦੀ 26 ਜਨਵਰੀ ਨੂੰ ਜੋ ਨਜ਼ਾਰਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਦੇਖਣ ਨੂੰ ਮਿਲਿਆ ਉਸ ਵਰਗਾ ਨਜ਼ਾਰਾ ਸ਼ਾਇਦ ਆਜ਼ਾਦ ਭਾਰਤ ਜਾਂ ਕਹਿ ਲਈਏ ਕਿ ਵੰਡ ਤੋਂ ਬਾਅਦ ਭਾਰਤ ਦੇ ਇਤਿਹਾਸ ਦੇ ਵਿੱਚ ਕਦੇ ਵੀ ਨਹੀਂ ਦੇਖਿਆ ਦਿੱਲੀ ਦੀਆਂ ਸੜਕਾਂ ਦੇ ਉੱਤੇ ਭਾਰਤ ਦੇ ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਦੇ ਬੰਬੂ ਕਾਰਟ ਸਰਪੱਟ ਦੌੜ ਦੇ ਨਜ਼ਰ ਆਏ ਹਾਲਾਂਕਿ ਇਸ ਦਿਨ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਪਰ 26 ਜਨਵਰੀ ਦੇ ਤਿਆਰੀਆਂ ਨੇ ਜਿਹੜੀਆਂ ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ 26 ਜਨਵਰੀ ਤੋਂ ਪਹਿਲਾਂ ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਚਾਹ ਚੜਿਆ ਹੋਇਆ ਸੀ ਜਾਂ ਕਹਿ ਲਈਏ ਕਿ ਉਸ ਸੰਘਰਸ਼ ਦੇ ਵਿੱਚ ਇੱਕ ਉਤਸ਼ਾਹ ਜਿਹੜਾ ਬਣਿਆ ਸੀ 26 ਜਨਵਰੀ ਦੀ ਟਰੈਕਟਰ ਪ੍ਰੇਡ ਨੂੰ ਲੈ ਕੇ ਉਸ ਦੀਆਂ ਤਸਵੀਰਾਂ ਰਿਕਾਰਡ ਦੇ ਵਿੱਚ ਹਮੇਸ਼ਾ ਦਰਜ ਰਹਿਣਗੀਆਂ ਕਿ ਕਿਸਾਨਾਂ ਨੇ ਕਿਸ ਤਰੀਕੇ ਦੇ ਨਾਲ ਆਪਣੇ ਟਰੈਕਟਰਾਂ ਨੂੰ ਸਜਾਇਆ ਇਹ ਜਿਹੜੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇੰਨਾ ਵੱਡਾ ਮਾਰਚ ਹੋਏਗਾ ਜਿਦੇ ਵਿੱਚ 3 ਤੋਂ 4 ਲੱਖ ਟਰੈਕਟਰ ਸ਼ਾਮਿਲ ਹੋਣਗੇ ਇਹਨੂੰ ਦਿੱਲੀ ਦੀਆਂ ਸੜਕਾਂ ਦੇ ਉੱਤੇ ਘੁੰਮਦੇ ਨੂੰ 3 ਜਾਂ 4 ਦਿਨ ਲੱਗ ਜਾਣਗੇ ਤੇ ਇਹ ਮਾਰਚ ਮੁੜ ਤੋਂ 4 ਦਿਨਾਂ ਬਾਅਦ ਸਿੰਘੂ ਬਾਰਡਰ ਟਿਕਰੀ ਬਾਰਡਰ ਜਾਂ ਗਾਜ਼ੀਪੁਰ ਬਾਰਡਰ ਤੇ ਪਹੁੰਚੇਗਾ ਪਰ ਕੁਝ ਘਟਨਾਵਾਂ ਦੇ ਕਰਕੇ ਉਸੇ ਦਿਨ ਹੀ ਇਹ ਜਿਹੜਾ ਮਾਰਚ ਸਮਾਪਤ ਹੋ ਗਿਆ ਸੀ ਦਿੱਲੀ ਦੇ ਵਿੱਚ 26 ਜਨਵਰੀ ਨੂੰ ਜਿਹੜੀ ਟਰੈਕਟਰ ਪ੍ਰੇਡ ਨਿਕਲੀ ਹੈ ਉਸ ਦੀਆਂ ਕੁਝ ਤਸਵੀਰਾਂ ਨੇ ਜਿਹੜੀਆਂ ਕੁਝ ਰੰਗ ਨੇ ਉਹ ਜ਼ਰੂਰ ਦਿਖਾਉਣੇ ਚਾਹਾਂਗੇ ਕਿਉਂਕਿ ਟਰੈਕਟਰ ਪ੍ਰੇਡ 95 ਫੀਸ ਦੀ ਸਫਲ ਰਹੀ ਸੀ ਕਿਸਾਨਾਂ ਦੀ ਇਹ ਕਹਿ ਸਕਦੇ ਆ ਕਿ 5 ਫੀਸ ਦੀ ਜਿਹੜੀ ਉਹ ਗੜਬੜੀ ਜ਼ਰੂਰ ਦੇਖਣ ਨੂੰ ਮਿਲੀ ਔਰ ਇਸ ਟਰੈਕਟਰ ਪਰੇਡ ਤੋਂ ਪਹਿਲਾਂ 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਦਿੱਲੀ ਦੇ ਬਾਰਡਰਾਂ ਤੋਂ 7 ਜਨਵਰੀ ਨੂੰ ਵੀ ਟਰੈਕਟਰ ਰੈਲੀਆਂ ਨੇ ਜਿਹੜੀਆਂ ਉਹ ਦਿੱਲੀ ਦੇ ਆਸ-ਪਾਸ ਕੱਡੀਆਂ ਗਈਆਂ ਸੀ ਹਰਿਆਣਾ ਦੇ ਵਿੱਚ ਤਾਂ ਬਹੁਤ ਸਾਰੇ ਟਰੈਕਟਰ ਮਾਰਚ ਕੱਡੇ ਗਏ ਪੰਜਾਬ ਦੀਆਂ ਵੱਖ-ਵੱਖ ਥਾਵਾਂ ਦੇ ਉੱਤੇ ਟਰੈਕਟਰ ਪ੍ਰੇਡ ਦੀ ਰਿਹਸਲ ਹੈ ਜਿਹੜੀ ਉਹ ਕੀਤੀ ਗਈ ਸੀ ਸ਼ੌਕੀਨ ਜਿਹੜੇ ਕਿਸਾਨ ਨੌਜਵਾਨ ਨੇ ਉਹਨਾਂ ਨੇ ਆਪਣੇ ਟਰੈਕਟਰਾਂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਸੀ ਤੇ ਟਰੈਕਟਰ ਪ੍ਰੇਡ ਦੀ ਤਿਆਰੀ ਦੇ ਲਈ ਕਿਸਾਨਾਂ ਨੇ ਜਿਵੇਂ ਸਿੰਘੂ ਬਾਰਡਰ ਜਾਂ ਫਿਰ ਟਿੱਕਰੀ ਬਾਰਡਰ ਤੇ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਉੱਥੋਂ ਸਮਾਨ ਖਰੀਦਿਆ ਸੀ ਉਹਦੇ ਨਾਲ ਦੁਕਾਨਦਾਰ ਨੇ ਜਿਹੜੇ ਉੱਥੋਂ ਦੇ ਸਥਾਨਿਕ ਉਹ ਵੀ ਖੁਸ਼ ਨਜ਼ਰ ਆਏ ਸੀ ਕਿਉਂਕਿ ਉਹਨਾਂ ਦੇ ਗੱਲੇ ਪਹਿਲਾਂ ਨਾਲੋਂ ਵੱਧ ਭਰ ਗਏ ਸੀ ਟਰੈਕਟਰਾਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਕੇਸਰੀ ਝੰਡਿਆਂ ਦੇ ਨਾਲ ਕਿਸਾਨੀ ਦੇ ਝੰਡਿਆਂ ਦੇ ਨਾਲ ਕਿਤੇ ਕਿਤੇ ਤਿਰੰਗੇ ਵੀ ਦਿਖਾਈ ਦੇ ਰਹੇ ਨੇ ਟਰੈਕਟਰ ਟਰਾਲੀਆਂ ਮੋਟਰਸਾਈਕਲ ਕਾਰਾਂ ਗੱਡੀਆਂ ਇਹ ਸਾਰਾ ਕਾਫਲਾ ਦਿੱਲੀ ਦੀਆਂ ਸੜਕਾਂ ਤੇ ਜਾ ਰਿਹਾ ਹੈ ਸਤਨਾਮ ਵਾਹਿਗੁਰੂ ਦਾ ਜਾਪ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ ਤਸਵੀਰਾਂ ਇਹ ਪੈਦਲ ਪੈਦਲ ਜਿਹੜੀਆਂ ਤਸਵੀਰਾਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਸ਼ਾਂਤਮਈ ਪ੍ਰੋਟੈਸਟ ਦਿੱਲੀ ਦੀਆਂ ਸੜਕਾਂ ਦੇ ਉੱਤੇ ਇਤਿਹਾਸ ਸਿਰਜਦਾ ਹੋਇਆ ਇਸ ਟਰੈਕਟਰ ਦੇ ਮੂਰੇ ਲਿਖਿਆ ਸੀ ਪਹਿਲਾ ਧਰਮ ਕਿਸਾਨੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੀ ਆਪਣੇ ਹੱਥੀਂ ਖੇਤੀ ਕੀਤੀ ਸੀ ਆਪਣੇ ਹੱਥੀਂ ਕਰਮ ਕੀਤਾ ਸੀ ਕੀਰਤ ਕੀਤੀ ਸੀ ਔਰ ਕਿਸਾਨੀ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ ਗਿਆ ਹੈ ਕਿਹਣਾ ਹੀ ਜਾਣਿਆ ਵੀ ਭੈਣੋ ਡਟ ਕੇ ਵੀਰਾਂ ਦਾ ਸਾਥ ਦਿਓ ਮੋਟੇ ਨਾ ਮੋਢੇ ਲਾ ਕੇ ਚੱਲੋ ਇੱਕ ਦਿਨ ਤਾਂ ਮਰਨਾ ਹੀ ਆ ਜੇ ਇਹੋ ਜੇ ਵਧੀਆ ਆਪਣਾ ਜਿਹੜਾ ਸੰਘਰਸ਼ ਚੱਲ ਰਿਹਾ ਇਹ ਪਹਿਲਾ ਦੇਖੀ ਪਾ ਸੰਘਰਸ਼ਾ ਨਾ ਪਹਿਲਾਂ ਕਦੀ ਹੋਇਆ ਨਾ ਆਉਣ ਵਾਲੇ ਸਮੇਂ ਚ ਹੋਣਾ ਪੈਨੋ ਡਟ ਕੇ ਮੁਕਾਬਲਾ ਕਰੋ ਸ਼ਾਦਤਾ ਵੀ ਦੇਣੀਆਂ ਪਈਆਂ ਤੇ ਤਿਆਰ ਆ ਇਹ ਕਬੂਤਰ ਕਿੱਥੋਂ ਲਿਆਉਂਦੇ ਸੀ ਪਾਲੇ ਹੋਏ ਮੈਮ ਅੱਛਾ ਪਾਲੇ ਹੋਇਆ ਜੀ ਮੈਮ ਕਹਾਂ ਲੈ ਕੇ ਜਾ ਰਹੇ ਆ ਇਹਨੂੰ ਇਹ ਬਸ ਆਪਣੀ ਜੋ ਕਿਸਾਨ ਰੈਲੀ ਨਿਕਲ ਰਹੀ ਹੈ ਉਸਕੇ ਸਵਾਗਤ ਮੇਂ ਉਡਾ ਰਹੇ ਆ ਓ ਵਾਹ ਜੀ ਵਾਹ ਕਿਉਂਕਿ ਕਿਸਾਨ ਮੈਂ ਕੀ ਗੱਲ ਕੀਤੀ ਕਿਸਾਨ ਨੇ ਤੇ ਅਸੀਂ ਜੇ ਕਿਸਾਨ ਨਹੀਂ ਤੇ ਅਸੀਂ ਨਹੀਂ ਮੈਂ ਆਪੇ ਬੀਜੇ ਬੀਜ ਵੀ ਨਹੀਂ ਆਪਾਂ ਜਮੀਨ ਹਰ ਕੋਈ ਹੈ ਨਹੀਂਗੀ ਪਰ ਜੇ ਕਿਸਾਨ ਬੀਜਣਗੇ ਤੇ ਅਸੀਂ ਖਾਵਾਂਗੇ ਜੇ ਕਿਸਾਨ ਨਹੀਂ ਬੀਜਣਗੇ ਕਿਸਾਨਾਂ ਨੂੰ ਬੀਜਣ ਨਹੀਂ ਦੇਣਗੇ ਫਿਰ ਅਸੀਂ ਤੇ ਭੁੱਖੇ ਮਰ ਜਾਾਂਗੇ ਤਕਰੀਬਨ ਹਰ মিডিਆ ਨੇ ਇਹ ਤਸਵੀਰਾਂ ਦਿਖਾਈਆਂ ਨੇ ਪੁੱਛਦੇ ਆ ਹਾਲੇ ਤੱਕ ਇਹ ਉਦੋਂ ਦੇ ਸੰਗਲਾਂ ਦੇ ਵਿੱਚ ਨਹੀਂ ਪਰ ਮੈਨੂੰ 2 ਮਹੀਨੇ ਲਗਾਤਾਰ ਹੋ ਚੱਲੇ ਆ ਜੀ ਸਿੰਘੂ ਬਾਰਡਰ ਤੇ ਮੈਂ ਇਸੇ ਤਰ੍ਹਾਂ ਜੰਜੀਰਾ ਦੇ ਵਿੱਚ ਸਰਕਾਰ ਦੇ ਪ੍ਰਤੀ ਆਪਣਾ ਰੋਸ ਦਿਖਾ ਰਿਹਾ ਤਾਂ ਕਿ ਜਿਹੜਾ ਇਹ ਮੌਜੂਦਾ ਸਰਕਾਰ ਜਿਹੜੇ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਉੱਤੇ ਥੋਪੇ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ ਤੇ ਕਰਾ ਕੇ ਜਾਵਾਂਗੇ ਸੜਕ ਪੂਰੀ ਤਰ੍ਹਾਂ ਦੇ ਨਾਲ ਭਰੀ ਹੋਈ ਐ ਤੁਰ ਕੇ ਲੋਕ ਆ ਰਹੇ ਨੇ ਤੁਰ ਕੇ ਕਿਸਾਨ ਨੌਜਵਾਨ ਆ ਰਹੇ ਨੇ ਟਰੈਕਟਰਾਂ ਤੇ ਆ ਰਹੇ ਨੇ ਭੱਜ ਕੇ ਆ ਰਹੇ ਨੇ ਤੇ ਐਂਡ ਤੱਕ ਦੀਆਂ ਤਸਵੀਰਾਂ ਖਤਮ ਨਹੀਂ ਹੋ ਰਿਹਾ ਇਹ ਜੇ ਟਰੈਕਟਰ ਰਾਲੀਆਂ ਤੇ ਲੱਖ-ਦੋ ਲੱਖ ਐ ਪੈਦਲ ਤੰਦਾਂ ਰੱਖਾ ਪਿੱਛੇ ਹਾਂ ਬੰਦ ਲਾਇਓ ਬੁਲਾਇਓ ਚਲੋ ਚਲੋ ਦਿੱਲੀ ਵਾਲਿਆ ਪੈੜਾ ਖੜੀ ਜਾ ਰਹੇ ਆਪਣੇ ਕੋਲ ਸਤਿ ਸ਼੍ਰੀ ਅਕਾਲ ਜੀ ਅਸੀਂ ਦੱਸਣਾ ਚਾਹੁੰਦੇ ਆ ਜੁਨੀਅਰ ਸਰਕਾਰ ਨੂੰ ਜੋ ਦੇਸ਼ ਤੇ ਰਾਜ ਕਰਦੀ ਆ ਕਿ ਭਈ ਜੇ ਰਾਜਪਥ ਦੇ ਉੱਤੇ ਜਵਾਨ ਪਰੇਡ ਕਰ ਸਕਦਾ ਤਾਂ ਦਿੱਲੀ ਦੀ ਇਸ ਜੀਟੀ ਰੋਡ ਰਿੰਗ ਰੋਡ ਦੇ ਉੱਤੇ ਕਿਸਾਨ ਪਰੇਡ ਕਰ ਸਕਦਾ ਤੇ ਸਾਡੀ ਸ਼ਾਂਤਮਈ ਪਰੇਡ ਜਿਹੜੀ ਹੈਗੀ ਆ ਉਹ ਪੂਰੀ ਦੁਨੀਆ ਨੂੰ ਅਸੀਂ ਦਿਖਾਉਣਾ ਚਾਹੁੰਦੇ ਆ ਕਿ ਅੱਜ ਪੂਰੇ ਭਾਰਤ ਦਾ ਮਜ਼ਦੂਰ ਕਿਸਾਨ ਇਕ ਹੋ ਚੁੱਕਿਆ ਹੈ ਤੇ ਅੱਜ ਅਸੀਂ ਆਪਦੇ ਹੱਕ ਸੱਚ ਦੇ ਲੜਾਈ ਦੇ ਲਈ ਉਸ ਇਨਸਾਫ ਦੇ ਲਈ ਨਿਕਲੇ ਹੋਏ ਆਂ ਤੇ ਸਾਡੀ ਜਿੱਤ ਯਕੀਨੀ ਹੈ ਤੇ ਅਸੀਂ ਇਹ ਕਾਲੇ ਕਾਨੂੰਨ ਬਾਅਦ ਸਕਰਾਏ ਬਿਨਾ ਇਥੋਂ ਬਾਅਦ ਨਹੀਂ ਜਾਵਾਂਗੇ ਨਹੀਂ ਜਾਵਾਂਗੇ ਨਹੀਂ ਜਾਵਾਂਗੇ اے ਕਾਨੂੰਨ ਰੱਦ ਕਰੋ ਸਾਰੇ ਕਾਨੂੰਨ ਰੱਦ ਕਰੋ ਸਾਰੇ ਕਾਨੂੰਨ ਰੱਦ ਕਰੋ ਜਾਈਏ ਕਿਤੇ ਵੀ ਪਰ ਕਿਤੇ ਵੀ ਹਰਦਾਨਾ ਨਾ ਮਚਾਈਏ ਹੱਲਾ ਗੁਲਾਣਾ ਕਰੀਏ ਪਲੀਜ਼ ਫੌਜੀ ਦਾ ਕੰਮ ਹੁੰਦਾ ਜਦੋਂ ਅਲਰਟ ਵੱਜ ਗਈ ਸਿਟੀ ਵੱਜ ਗਈ ਉਦੋਂ ਭਾਵੇਂ ਜੋ ਮਰਜ਼ੀ ਹੋ ਜਾਉ ਨੇ ਅਪ ਜਿੱਥੇ ਵੀ ਹਾਲਤ ਜਗਾ ਨਾਉਣ ਡਿਆ ਏ ਜੋ ਕੁਝ ਕਰਨ ਡਿਆ ਨੇ ਭਜੂਣਾ ਖਾਣਾ ਖਾਂਦਾ ਵੀ ਬਚ ਬਣਾ ਕਿਉਂਕਿ ਮੋਰਚਾ ਸਾਡਾ ਬੜਾ ਵੱਡਾ ਏ ਇਸ ਹਿੰਦੁਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਆ ਇਹੋ ਜਿਹਾ ਪ੍ਰਧਾਨ ਮੰਤਰੀ ਅਜੇ ਤੱਕ ਹਿੰਦੁਸਤਾਨ ਨੂੰ ਨਹੀਂ ਮਿਲਿਆ ਜਿਹੋ ਜਿਹਾ ਮਿਲਿਆ ਤੇ ਉਦੋਂ ਸਾਡੀ ਲੜਾਈ ਸਿੱਧੀ ਸ਼ਾਂਤਮਈ ਤਰੀਕੇ ਨਾਲ दिल्ली के लोग बड़े डर रहे हैं किसान अंदर आएंगे पता नहीं क्या नहीं नहीं ऐसी कोई बात नहीं है किसान तो दिल्ली में भी रहते हैं ना किसान तो हम भी हैं हम भी दिल्ली में रहते हैं डरने की कौन सी बात है हमारे भाई हैं। आ रहे हैं हम उनके साथ खड़े हैं आज दिल्ली वाले दिल से स्वागत करते हैं और इनका भी करा है और देटी। देटी। बोल रहे थे दिल्ली वालों का दिल जीतने जा रहे हैं तो जीत लिया इनके अब जीत लिया स्वागत करा दिल्ली वालों दिल जीत, जीत, जीत लिया आज दिल्ली वालों का दिल जीत लिया कि किसानों ने और सारे लोग बड़े तो खुशी के साथ इनके साथ जुड़े हुए हैं और किसानों के साथ सारे कुछ मेरे स्टूडेंट भाई भी है यहाँ सब लोग जो किसानों के साथ आए दो गुजराती थे जिन्होंने देश आजाद किया जातिवाद को एक कौ करा दो गुजराती जिन्होंने देश बर्बाद किया और जातिवाद को बढ़ावा दिया नाम, बताइए मैं दिल्ली से हूँ तेजपाल तेजपाल जिंदाबाद आपने बोला दो ने बर्बाद किया दो ने आबाद किया नाम बताइए सरदार पटेल महात्मा गांधी अमित शाह नरेंद्र मोदी देश बर्बाद 26 ਜਨਵਰੀ ਨੂੰ ਦਿੱਲੀ ਵਿੱਚ ਜਿਹੜੀ ਹੰਸਾ ਹੋਈ ਤੇ ਉਸ ਤੋਂ ਬਾਅਦ ਦਾ ਜਿਹੜਾ ਘਟਨਾਕਰਮ ਜਿਰਹਾ ਹੈ ਉਸ ਦੀ ਗੱਲ ਕਰਨੀ ਵੀ ਬੜੀ ਜ਼ਰੂਰੀ ਹੈ ਜਿਵੇਂ ਦਿੱਲੀ ਦੇ ਵਿੱਚ ਕਿਸਾਨਾਂ ਨੇ ਟਰੈਕਟਰ ਪ੍ਰੇਡ ਕੱਢੀ ਇਸ ਪ੍ਰੇਡ ਦੌਰਾਨ ਕੁਝ ਕਿਸਾਨ ਆਈਟੀਓ ਤੋਂ ਘੁੰਮ ਕੇ ਲਾਲ ਕਿਲੇ ਤੱਕ ਪਹੁੰਚ ਗਏ ਸੀ ਜਿਨ੍ਹਾਂ ਨੇ ਲਾਲ ਕਿਲੇ ਦੀ ਫਸੀਲ ਦੇ ਉੱਤੇ ਜਿੱਥੇ ਤਿਰੰਗਾ ਝੰਡਾ ਝੂਲ ਰਿਹਾ ਹੁੰਦਾ ਉਸ ਤੋਂ ਥੋੜਾ نیچے ਕਿਸਾਨੀ ਦਾ ਝੰਡਾ ਅਤੇ ਕੇਸਰੀ ਨਿਸ਼ਾਨ ਸਾਹਿਬ ਹੈ ਜਿਹੜਾ ਸਿੱਖਾਂ ਦਾ ਝੰਡਾ ਉਹ ਚੁਲਾ ਦਿੱਤਾ ਸੀ ਉਸ ਤੋਂ ਬਾਅਦ ਕੁਝ ਕ ਘਟਨਾਵਾਂ ਨੇ ਜਿਹੜੀਆਂ ਉਹ ਵਾਪਰੀਆਂ ਸੀ ਦਿੱਲੀ ਦੇ ਅੰਦਰ ਵੀ ਝੜਪ ਹੋਈ ਸੀ ਪੁਲਿਸ ਦੇ ਨਾਲ ਕਿਸਾਨਾਂ ਦੀ ਤੇ ਆਈਟੀਓ ਮੈਟਰੋ ਸਟੇਸ਼ਨ ਦੇ ਉੱਤੇ ਵੀ ਇੱਕ ਅਜਿਹੀ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਯੂਪੀ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਨਵਰੀਤ ਸਿੰਘ ਦੀ ਮੌਤ ਹੋ ਗਈ ਸੀ ਜਿਹੜੇ ਕੇ ਸਿੱਖ ਲੀਡਰ ਹਰਦੀਪ ਸਿੰਘ ਡਿਵਡਵਾ ਦੇ ਪੁੱਤਰੇ ਸਨ ਤੇ 26 ਜਨਵਰੀ ਦਾ ਸ਼ਹੀਦ ਕਿਸਾਨਾਂ ਨੂੰ ਨਵਰੀਤ ਸਿੰਘ ਨੇ ਐਲਾਨਿਆ ਹੈ ਤੇ ਨਵਰੀਤ ਸਿੰਘ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਸਮਾਗਮ ਨੇ ਜਿਹੜੇ ਉਹ ਵੀ ਵੱਖ-ਵੱਖ ਥਾਵਾਂ ਤੇ ਹਾਲੇ ਤੱਕ ਕਰਵਾਏ ਜਾ ਰਹੇ ਨੇ 26 ਜਨਵਰੀ ਵਾਲੇ ਦਿਨ ਜੋ ਦਿੱਲੀ ਦੇ ਲੋਕਾਂ ਨੇ ਕਿਸਾਨਾਂ ਦਾ ਸਵਾਗਤ ਕੀਤਾ ਉਹ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਰਹੇਗਾ ਜਿਵੇਂ ਹੀ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਦਾਖਲ ਹੋਏ ਤਾਂ ਦਿੱਲੀ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਕਿਸਾਨਾਂ ਦਾ ਸਵਾਗਤ ਕੀਤਾ ਦਿੱਲੀ ਦੇ ਨੌਜਵਾਨ ਕੁੜੀਆਂ ਮੁੰਡੇ ਜਾਂ ਫਿਰ ਜਿਹੜੇ ਅੱਧ ਖੜ ਉਮਰ ਦੇ ਹਰ ਵਰਗ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੇ ਕਿਸਾਨਾਂ ਦੇ ਨਾਲ ਸੈਲਫੀਆਂ ਖਿੱਚਵਾਈਆਂ ਅਤੇ ਕਿਸਾਨਾਂ ਦਾ ਦਿਲ ਖੋਲ ਕੇ ਸਵਾਗਤ ਕੀਤਾ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਲੰਗਰ ਵੀ ਲਾ ਦਿੱਤੇ ਕਿਸਾਨਾਂ ਦੇ ਲਈ ਥਾਂ ਥਾਂ ਦੇ ਉੱਤੇ ਪਾਣੀ ਦੇ ਤੇ ਪ੍ਰਸ਼ਾਦੇ ਦੇ ਲੰਗਰ ਨੇ ਜਿਹੜੇ ਉਹ ਲਾਏਗੇ ਕਿਸਾਨਾਂ ਦੇ ਵਿੱਚ ਇੰਨਾ ਜੋਸ਼ ਸੀ ਕਿਉਂਕਿ ਟਰੈਕਟਰਾਂ ਦੀ ਲਾਈਨ ਬਹੁਤ ਲੰਬੀ ਸੀ ਇਸ ਕਰਕੇ ਜਿਹੜੇ ਕਿਸਾਨਾਂ ਦੇ ਟਰੈਕਟਰ ਬਹੁਤ ਪਿੱਛੇ ਖੜੇ ਸੀ ਉਹ ਪੈਦਲ ਹੀ ਦਿੱਲੀ ਵੱਲ ਨੂੰ ਚੱਲ ਪਏ ਸੀ ਇਸ ਮੌਕੇ ਨਿਹੰਗ ਸਿੰਘਾਂ ਦੀਆਂ ਜਿਹੜੀਆਂ ਘੋੜਸਵਾਰ ਫੌਜਾਂ ਨੇ ਉਹਨਾਂ ਨੂੰ ਉਹਨਾਂ ਨੇ ਵੀ ਦਿੱਲੀ ਦੀਆਂ ਸੜਕਾਂ ਦੇ ਉੱਤੇ ਮਾਰਚ ਕੱਢਿਆ ਬਜ਼ੁਰਗ ਬਜ਼ੁਰਗ ਹੈਗੇ ਸੀ ਜਿਹੜੇ ਉਹਨਾਂ ਨੇ ਪੈਦਲ ਹੀ ਇਹ ਮਾਰਚ ਹੈ ਪੂਰਾ ਕੀਤਾ ਸੀ ਤੇ ਸਾਰਾ ਘਟਨਾਕਰਮ ਜਿਹੜਾ ਵਾਪਰਿਆ ਸੀ ਉਹ ਰੂਟ ਨੂੰ ਲੈ ਕੇ ਵਾਪਰਿਆ ਦਿੱਲੀ ਪੁਲਿਸ ਦੇ ਨਾਲ ਕਈ ਦਿਨ ਦੀ ਚਰਚਾ ਤੋਂ ਬਾਅਦ ਕਈ ਦਿਨ ਦੀਆਂ ਬੈਠਕਾਂ ਤੋਂ ਬਾਅਦ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰਿੰਗ ਰੋਡ ਦੇ ਉੱਤੇ ਜਾਣ ਦੀ ਇਜਾਜ਼ਤ ਨਹੀਂ ਦਿੰਦੀ ਬਲਕਿ ਇੱਕ ਹੋਰ ਰੂਟ ਹੈ ਉਹ ਦੇ ਦਿੱਤਾ ਸੀ ਪਰ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉਸਨੇ ਰਿੰਗ ਰੋਡ ਤੇ ਹੀ ਜਾਣ ਦਾ ਐਲਾਨ ਕੀਤਾ ਇਸ ਨਾਲ ਕਿਸਾਨ ਨੇ ਜਿਹੜੇ ਆਪਸ ਦੇ ਵਿੱਚ ਦੁਫਾੜ ਹੋ ਗਏ ਕਹਿ ਸਕਦੇ ਆ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਉਸਨੇ ਦਿੱਲੀ ਪੁਲਿਸ ਵਾਲਾ ਰੂਟ ਅਪਣਾਇਆ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰਿੰਗ ਰੋਡ ਵਾਲਾ ਰੂਟ ਅਪਣਾਇਆ ਜਿਸ ਤੋਂ ਬਾਅਦ ਉਹਨਾਂ ਰੋਕਾਂ ਨੂੰ ਦਿੱਲੀ ਪੁਲਿਸ ਦੀਆਂ ਰੋਕਾਂ ਨੂੰ ਤੋੜਨ ਦੇ ਲਈ ਕਈ ਥਾਵਾਂ ਦੇ ਉੱਤੇ ਹਲਕੀਆਂ ਫੁਲਕੀਆਂ ਝੜਪਾਂ ਵੀ ਹੋਈਆਂ ਜਿਸ ਦੇ ਵਿੱਚ ਕਿਸਾਨ ਵੀ ਜ਼ਖਮੀ ਹੋਏ ਅਤੇ ਪੁਲਿਸ ਕਰਮੀ ਵੀ ਜ਼ਖਮੀ ਹੋਏ ਤੇ 26 ਜਨਵਰੀ ਦੀ ਸ਼ਾਮ ਤੱਕ ਦਿੱਲੀ ਪੁਲਿਸ ਨੇ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਵਾਹਨਾਂ ਦੇ ਸਮੇਤ ਟਰੈਕਟਰਾਂ ਦੇ ਸਮੇਤ 26 ਤੋਂ ਲੈ ਕੇ 29 ਜਨਵਰੀ ਤੱਕ ਗ੍ਰਿਫਤਾਰੀਆਂ ਦਾ ਸਿਲਸਲਾ ਲਗਾਤਾਰ ਚੱਲਦਾ ਰਿਹਾ ਤੇ ਹੁਣ ਤੱਕ 151 ਵਿਅਕਤੀਆਂ ਨੂੰ ਜਿਹੜੇ ਕਿ ਕਿਸਾਨ ਨੇ ਜਾਂ ਫਿਰ ਕਿਸਾਨਾਂ ਦੇ ਸੰਘਰਸ਼ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਦਿੱਲੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਪਰ ਉਹਨਾਂ ਦੇ ਵਿੱਚੋਂ 125 ਕਿਸਾਨਾਂ ਦੀਆਂ ਜ਼ਮਾਨਤਾਂ ਮਨਜ਼ੂਰ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਕਿਸਾਨ ਜੇਲ੍ਹ ਦੇ ਵਿੱਚੋਂ ਰਹਾਅ ਹੋ ਚੁੱਕੇ ਨੇ ਜ਼ਿਆਦਾਤਰ ਕਿਸਾਨਾਂ ਨੂੰ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਗਿਆ 250 ਦੇ ਕਰੀਬ ਕਿਸਾਨਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਸੰਗਤ ਐਡ ਯੂਕੇ ਦੇ ਵੱਲੋਂ ਹਰ ਪੀੜਤ ਕਿਸਾਨ ਦੇ ਪਰਿਵਾਰ ਨੂੰ 1-1 ਲੱਖ ਰੁਪਏ ਦੀ ਮਾਲੀ ਮਦਦ ਹੈ ਜਿਹੜੀ ਉਹ ਘਰ-ਘਰ ਜਾ ਕੇ ਦਿੱਤੀ ਜਾ ਰਹੀ ਹੈ ਜਿਹੜੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਉਹਨਾਂ ਦੀ ਕਾਨੂੰਨੀ ਲੜਾਈ ਲੜਨਵਾਸ ਤੇ ਦਿੱਲੀ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਕਿਸਾਨਾਂ ਦੇ ਲੀਗਲ ਸੈੱਲ ਦੇ ਵੱਲੋਂ ਲਗਾਤਾਰ ਚਾਰਜ ਹੋਈ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਲੀਗਲ ਸੈੱਲ ਦੇ ਮੈਂਬਰਾਂ ਨੇ ਵਕੀਲਾਂ ਨੇ ਇਹ ਵੀ ਮੰਗ ਕੀਤੀ ਹੈ ਕਿ 26 ਜਨਵਰੀ ਨੂੰ ਲਾਲ ਕਿਲੇ ਤੇ ਜੋ ਵੀ ਘਟਨਾ ਵਾਪਰੀ ਸੀ ਉਸ ਦੀ ਉੱਚ ਪੱਧਰੀ ਨਿਆਂਇਕ ਜਾਂਚ ਕੀਤੀ ਜਾਵੇ 26 ਜਨਵਰੀ ਤੋਂ ਬਾਅਦ ਕੀ ਹੋਇਆ 26 ਜਨਵਰੀ ਤੋਂ ਬਾਅਦ 27 ਜਨਵਰੀ ਨੂੰ ਜਿਵੇਂ ਹੀ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਸਟੇਜ ਦੇ ਉੱਤੇ ਆਏ ਸੀ ਤੇ ਉਹਨਾਂ ਨੇ ਸਾਰਾ ਇਲਜ਼ਾਮ ਦੀਪ ਸਿੱਧੂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰਾਂ ਸਰਵੰਤ ਸਿੰਘ ਪੰਧੀਰ ਅਤੇ ਸਤਨਾਮ ਸਿੰਘ ਪੰਨੂ ਤੇ ਲਾ ਦਿੱਤਾ ਕਿ ਸਾਰਾ ਕੁਝ ਇੰਨਾ ਕਰਕੇ ਵਾਪਰਿਆ ਹੈ ਇਹ ਗद्दार ਨੇ ਇਹ ਵਿੱਕ ਗਏ ਨੇ ਅਜਿਹੇ ਇਲਜ਼ਾਮ ਨੇ ਜਿਹੜੇ ਉਹ ਲਾਏ ਗਏ ਇਸੇ ਦਰਮਿਆਨ ਦਿੱਲੀ ਪੁਲਿਸ ਨੇ ਵੀ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਨੂੰ ਸਾਰੀ ਘਟਨਾ ਦਾ ਮੁੱਖ ਮਲਜ਼ਮ ਮੰਨਦਿਆਂ ਹੋਇਆਂ ਉਹਨਾਂ ਦੇ ਸਿਰ ਦੇ ਉੱਤੇ ਇਨਾਮ ਦਾ ਐਲਾਨ ਕਰ ਦਿੱਤਾ ਸੀ ਕਿਸਾਨ ਲੀਡਰਾਂ ਦੇ ਅਜਿਹੇ ਬਿਆਨਾਂ ਤੋਂ ਬਾਅਦ ਇੱਕ ਵਾਰ ਮੋਰਚੇ ਦੇ ਵਿੱਚ ਨਿਰਾਸ਼ਾ ਹੈ ਜਿਹੜੀ ਉਹ ਜ਼ਰੂਰ ਆਈ ਸੀ ਇੱਕ ਵਾਰ ਮੋਰਚੇ ਦੇ ਵਿੱਚ ਚੁੱਪੀ ਜ਼ਰੂਰ ਛਾ ਗਈ ਸੀ ਅਜਿਹੀਆਂ ਖਬਰਾਂ ਵੀ ਬੜੇ ਵੱਡੇ ਪੱਧਰ ਤੇ ਫੈਲੀਆਂ ਕਿ ਕਿਸਾਨ ਮੁੜਨੇ ਸ਼ੁਰੂ ਹੋ ਗਏ ਨੇ ਪਰ ਹਕੀਕਤ ਇਹ ਸੀ ਕਿ ਕਿਸਾਨ ਉਹ ਮੁੜੇ ਸੀ ਪੰਜਾਬ ਨੂੰ ਜਾਂ ਹਰਿਆਣਾ ਨੂੰ ਜਾਂ ਆਪੋ ਆਪਣੇ ਸੂਬਿਆਂ ਨੂੰ ਜਿਹੜੇ ਕਿ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਟਰੈਕਟਰ ਪਲੇਡ ਦੇ ਵਿੱਚ ਹੀ ਸ਼ਾਮਿਲ ਹੋਣ ਗਏ ਸੀ ਉਸ ਤੋਂ ਬਾਅਦ ਹੁਣ ਤੱਕ ਫਿਰ ਜਿਹੜੇ ਕਿਸਾਨ ਨੇ ਉਹ ਮੋਰਚਿਆਂ ਦੇ ਵਿੱਚ ਲਗਾ ਤਾਰ ਪਹੁੰਚ ਰਹੇ ਨੇ ਕਿਉਂਕਿ ਹੁਣ ਕਣਕਾਂ ਦੀ ਵਾਢੀ ਦਾ ਸੀਜ਼ਨ ਆਉਣ ਵਾਲਾ ਹੈ ਇਸ ਕਰਕੇ ਕਿਸਾਨਾਂ ਦੀ ਗਿਣਤੀ ਘਟੀ ਜ਼ਰੂਰ ਹੈ ਪਰ ਕਿਸਾਨ ਉੱਥੋਂ ਪੂਰਨ ਤੌਰ ਤੇ ਵਾਪਸ ਨਹੀਂ ਆਏ ਰੋਜ਼ਾਨਾ ਉੱਥੇ ਸਟੇਜਾਂ ਲੱਗਦੀਆਂ ਨੇ ਅਤੇ ਕਿਸਾਨ ਉੱਥੇ ਆਪੋ ਆਪਣੀਆਂ ਟਰਾਲੀਆਂ ਦੇ ਵਿੱਚ ਟਰਾਲੀਆਂ ਦੇ ਨਾਲ ਡਟੇ ਹੋਏ ਨੇ ਸੋ 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਵੇਂ ਹੀ ਸਾਰੇ ਲੋਕਾਂ ਨੂੰ ਫਿਕਰ ਪਈ ਕਿ ਮੋਰਚਾ ਸ਼ਾਇਦ ਟੁੱਟ ਗਿਆ ਹੈ ਮੋਰਚਾ ਖਰਾਬ ਹੋ ਗਿਆ ਹੈ ਮੋਰਚਾ ਬਦਨਾਮ ਹੋ ਗਿਆ ਹੈ ਉਸ ਤੋਂ ਬਾਅਦ ਕਿਸਾਨ ਲੀਡਰ ਰਾਕੇਸ਼ ਟਕੈਤ ਦੇ ਹੰਝੂਆਂ ਨੇ ਅੰਦੋਲਨ ਦਾ ਰੁਖ ਪਲਟ ਦਿੱਤਾ ਸੀ ਲੱਗ ਰਿਹਾ ਸੀ ਕਿ ਹੁਣ ਅੰਦੋਲਨ ਖਿੰਡ ਜਾਏਗਾ ਹੁਣ ਅੰਦੋਲਨ ਬਚੇਗਾ ਨਹੀਂ ਸਰਕਾਰ ਆਪਣੀ ਮਨਸ਼ਾ ਦੇ ਵਿੱਚ ਕਾਮਯਾਬ ਹੋ ਗਈ ਹੈ ਪਰ ਜਦੋਂ ਪੁਲਿਸ ਕਿਸਾਨ ਲੀਡਰ ਰਾਕੇਸ਼ ਟਕੈਤ ਨੂੰ ਗ੍ਰਿਫਤਾਰ ਕਰਨ ਗਾਜ਼ੀਪੁਰ ਬਾਰਡਰ ਤੇ ਪਹੁੰਚੇ ਤਾਂ ਧਰਨੇ ਤੇ ਬੈਠੇ ਕਿਸਾਨਾਂ ਦੀ ਸੁਰੱਖਿਆ ਦੇ ਬਾਰੇ ਰਾਕੇਸ਼ ਟਿਕੈਤ ਭਾਵੁਕ ਹੋ ਗਏ ਭਾਵੁਕ ਹੋ ਗਏ ਸੀ ਕਿ ਜਿਹੜੀ ਸਰਕਾਰ ਨੂੰ ਮੈਂ ਸਮਰਥਨ ਦਿੱਤਾ ਸੀ ਅੱਜ ਉਹ ਸਰਕਾਰ ਕਿਸਾਨਾਂ ਦੀ ਦੁਸ਼ਮਣ ਬਣੀ ਬੈਠੀ ਹੈ ਜਿਵੇਂ ਹੀ ਰਾਕੇਸ਼ ਟਿਕੈਤ ਦੇ ਹੰਝੂ ਨਿਕਲੇ ਤੇ ਸਾਰੇ ਕਿਸਾਨ ਨੇ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਬੈਠੇ ਕਿਸਾਨ ਆਪਣੀ ਜਾਨ ਦੀ ਬਾਜ਼ੀ ਲਾਉਣ ਦੇ ਲਈ ਤਿਆਰ ਹੋ ਗਏ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੁੜ ਮੋਰਚਿਆਂ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸੀ ਤੇ ਵੱਡੀ ਗਿਣਤੀ ਗਾਜ਼ੀਪੁਰ ਬਾਰਡਰ ਤੇ ਦਿਖਣ ਲੱਗੀ ਸੀ ਕਿਉਂਕਿ ਇਸ ਦਰਮਿਆਨ ਪੁਲਿਸ ਨੇ ਸਾਰੇ ਕਿਸਾਨ ਲੀਡਰਾਂ ਦੇ ਖਿਲਾਫ ਵੀ ਪਰਚੇ ਦਰਜ ਕਰ ਦਿੱਤੇ ਸੀ ਲੁਕਆਊਟ ਨੋਟਿਸ ਜਾਰੀ ਕਰ ਦਿੱਤੇ ਸੀ ਪਰ ਜਿਵੇਂ ਹੀ ਰਾਕੇਸ਼ ਟਕੈਤ ਨੇ ਉਹਨਾਂ ਦੇ ਹੰਝੂਆਂ ਨੇ ਅੰਦੋਲਨ ਦਾ ਰੁਖ ਬਦਲ ਲਿਆ ਉਸ ਤੋਂ ਬਾਅਦ ਪੁਲਿਸ ਨੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਸ ਤੋਂ ਬਾਅਦ ਮਹਾਪੰਚਾਇਤਾਂ ਦਾ ਦੌਰ ਹੈ ਜਿਹੜਾ ਉਹ ਦੇਸ਼ ਦੇ ਵਿੱਚ ਚੱਲਿਆ ਹੋਇਆ ਹੈ। ਕਿਸਾਨਾਂ ਦੇ ਵੱਲੋਂ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ। ਵੱਡੀ ਗਿਣਤੀ ਦੇ ਵਿੱਚ ਕਿਸਾਨ ਇਹਨਾਂ ਮਹਾਪੰਚਾਇਤਾਂ ਨੂੰ ਸਮਰਥਨ ਦੇ ਰਹੇ ਨੇ। ਇਕੱਲੇ ਕਿਸਾਨ ਨਹੀਂ ਆਮ ਲੋਕ ਵੀ ਸਮਰਥਨ ਦੇ ਰਹੇ ਨੇ। ਚੰਡੀਗੜ੍ਹ ਦੇ ਵਿੱਚ ਵੀ ਕਿਸਾਨਾਂ ਦੀ ਮਹਾਪੰਚਾਇਤ ਹੋਈ ਜਿਦੇ ਵਿੱਚ ਚੰਡੀਗੜ੍ਹ, ਮੋਹਾਲੀ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਤੇ ਹੁਣ ਕਿਸਾਨ ਲੀਡਰਾਂ ਦੇ ਵੱਲੋਂ 8 ਮਾਰਚ ਦਾ ਦਿਨ ਬੜਾ ਅਹਿਮ ਤਰੀਕੇ ਦੇ ਨਾਲ ਮਨਾਇਆ ਜਾਣ ਦਾ ਐਲਾਨ ਕੀਤਾ ਹੈ 8 ਮਾਰਚ ਨੂੰ ਕਮਾਂਤਰੀ ਮਹਿਲਾ ਦਿਵਸ ਹੈ ਅਤੇ ਕਮਾਂਤਰੀ ਮਹਿਲਾ ਦਿਵਸ ਦੇ ਮੌਕੇ ਉਸ ਦਿਨ ਸਾਰਾ ਜਿਹੜਾ ਸੰਘਰਸ਼ ਦਾ ਦਿਨ ਹੈ ਉਹ ਔਰਤਾਂ ਨੂੰ ਸਮਰਪਿਤ ਕੀਤਾ ਜਾਏਗਾ ਸਾਰਾ ਪ੍ਰਬੰਧ ਸਾਰੀ ਸਟੇਜ ਤੇ ਸਾਰਾ ਕੁਝ ਔਰਤਾਂ ਦੇ ਹਵਾਲੇ ਮੋਰਚਿਆਂ ਦਾ ਕੀਤਾ ਜਾਏਗਾ ਸੰਘਰਸ਼ ਦੇ ਦਰਮਿਆਨ ਦਿਸ਼ਾ ਰਵੀ ਨੌਦੀਪ ਕੌਰ ਤੇ ਸ਼ਿਵ ਕੁਮਾਰ ਦਾ ਜਿਹੜਾ ਨਾਮ ਹੈ ਉਹ ਵੀ ਸਾਰਿਆਂ ਨੂੰ ਯਾਦ ਰਹੇਗਾ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਗਿਆ ਕਿਸਾਨਾਂ ਦੇ ਅੰਦੋਲਨ ਦੀ ਰੂਪਰੇਖਾ ਉਲੀਕਣ ਵਾਲੀ ਟੂਲ ਕਿਟ ਬਣਾਉਣ ਦੇ ਮਾਮਲੇ ਦੇ ਵਿੱਚ ਤੇ ਨਾਲ ਹੀ ਹੋਰ ਜਿਹੜੇ ਨੌਜਵਾਨ ਇਸ ਟੂਲ ਕਿਟ ਬਣਾਉਣ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਦਿੱਤਾ ਸੀ ਉਹਨਾਂ ਨੂੰ ਵੀ ਦਿੱਲੀ ਪੁਲਿਸ ਨੇ ਆਪਣੇ ਲਪੇਟੇ ਦੇ ਵਿੱਚ ਲਿਆ ਹੈ ਹਾਲਾਂਕਿ ਦਿਸ਼ਾ ਰਵੀ ਜਿਹੜੀ ਮਹਿਸ 22 ਸਾਲਾਂ ਦੀ ਕੁੜੀ ਹੈ ਵਾਤਾਵਰਣ ਕਾਰਕੁਨ ਹੈ ਉਸ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਰਿਹਾ ਕਰ ਦਿੱਤਾ ਹੈ ਜ਼ਮਾਨਤ ਦੇ ਉੱਤੇ ਨੌਦੀਪ ਨੌਦੀਪ ਕੌਰ ਜਿਹੜੀ ਕਿ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲੀ ਕੁੜੀ ਹੈ ਤੇ ਸ਼ਿਵ ਕੁਮਾਰ ਵੀ ਉਸੇ ਮਜ਼ਦੂਰ ਅਧਿਕਾਰ ਸੰਗਠਨ ਦਾ ਪ੍ਰਧਾਨ ਹੈ ਜਿਸ ਦੇ ਵਿੱਚ ਨੌਦੀਪ ਕੰਮ ਕਰਦੀ ਹੈ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸ਼ਿਵ ਕੁਮਾਰ ਨੂੰ ਟਾਰਚਰ ਕੀਤੇ ਜਾਣ ਦੇ ਖੁਲਾਸੇ ਵੀ ਹੋਏ ਡਾਕਟਰੀ ਰਿਪੋਰਟ ਦੇ ਵਿੱਚ ਹਾਲਾਂਕਿ ਤਿੰਨੇ ਨੌਜਵਾਨ ਹੁਣ ਰਿਹਾ ਹੋ ਚੁੱਕੇ ਨੇ ਪਰ ਇਸ ਸਬਦੇ ਦਰਮਿਆਨ ਟੂਲ ਕਿਟ ਦਾ ਜਿਹੜਾ ਮਸਲਾ ਹੈ ਉਹ ਵੱਡੇ ਪੱਦਰ ਦੇ ਉੱਤੇ ਉੱਭਰਿਆ ਦਿੱਲੀ ਪੁਲਿਸ ਨੇ ਟੂਲ ਕਿਟ ਨੂੰ ਇੱਕ ਜਿਹੜਾ ਹੈਗਾ ਅਪਰਾਧਿਕ ਦਸਤਾਵੇਜ਼ ਦੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਟੂਲ ਕਿਟ ਕਰਕੇ ਹੀ ਦਿੱਲੀ ਦੀਆਂ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰੀਆਂ ਨੇ ਸੋ ਕਿਸਾਨੀ ਅੰਦੋਲਨ ਦੇ ਵੱਖ-ਵੱਖ ਰੰਗ ਹੈਗੇ ਨੇ ਇਨ੍ਹਾਂ 100 ਦਿਨਾਂ ਦੇ ਦਰਮਿਆਨ ਜਿਹੜੇ ਦੇਖਣ ਨੂੰ ਮਿਲੇ ਨੇ ਤੇ ਸਭ ਦੇ ਦਰਮਿਆਨ ਪੰਜਾਬੀ ਕਲਾਕਾਰਾਂ ਦਾ ਜਿਹੜਾ ਯੋਗਦਾਨ ਹੈ ਉਸ ਨੂੰ ਵੀ ਵਿਸਾਰਿਆ ਨਹੀਂ ਜਾ ਸਕਦਾ ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦਾ ਪੂਰਾ ਪੱਖ ਪੂਰਿਆ ਹੈ ਗੱਲ ਕਰ ਲਈਏ ਕਮਰ ਗਰੇਵਾਲ ਦੀ ਜਾਂ ਫਿਰ ਦਿਲਜੀਤ ਦੁਸਾਂਝ ਦੀ ਜਾਂ ਫਿਰ ਬੱਬੂ ਮਾਨ ਦੀ ਜਾਂ ਹਰਫ ਚੀਮਾ ਦੀ ਬਹੁਤ ਸਾਰੇ ਜਿਹੜੇ ਗਾਇਕ ਹੈਗੇ ਨੇ ਉਹਨਾਂ ਨੇ ਲਗਾਤਾਰ ਕਿਸਾਨੀ ਸੰਘਰਸ਼ ਨੂੰ ਹਮਾਇਤ ਦਿੱਤੀ ਹੈ ਪਰ ਸਭ ਤੋਂ ਵੱਡਾ ਨਾਂ ਜਿਹੜਾ ਉੱਭਰ ਕੇ ਸਾਹਮਣੇ ਆਉਂਦਾ ਉਹ ਕਮਰ ਗਰੇਵਾਲ ਦਾ ਹੀ ਹੈ ਜਿਨ੍ਹਾਂ ਨੇ ਕਿਸਾਨੀ ਮੋਰਚੇ ਦੇ ਵਿੱਚ ਆਪਣਾ ਸਮਾਂ ਵੀ ਦਿੱਤਾ ਹੈ ਪੂਰਾ ਸਮਾਂ ਦਿੱਤਾ ਹੈ ਆਪਣੇ ਜਿਹੜੇ ਨਿੱਜੀ ਕੰਮ ਛੱਡ ਕੇ ਪੂਰਾ ਸਮਾਂ ਮੋਰਚਿਆਂ ਦੇ ਵਿੱਚ ਕਮਰ ਗਰੇਵਾਲ ਦਿਖਦੇ ਰਹੇ ਨੇ ਜਦੋਂ 26 ਜਨਵਰੀ ਤੋਂ ਬਾਅਦ ਮੋਰਚਾ ਥੋੜਾ ਡਾਵਾ ਡੋਲ ਦੇਖਣ ਲੱਗਿਆ ਤਾਂ ਕਮਰ ਗਰੇਵਾਲ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਰੈਲੀਆਂ ਕੱਢੀਆਂ ਮਾਰਚ ਕੱਢੇ ਤੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਮੋਰਚਿਆਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪ੍ਰੇਰਿਤ ਕੀਤਾ ਸੋ ਇਹਨਾਂ 100 ਦਿਨਾਂ ਦੇ ਵਿੱਚ ਜੇ ਆਪਾਂ ਕਿਸਾਨਾਂ ਦੇ ਜਜ਼ਬੇ ਦੀ ਗੱਲ ਕਰ ਲਈਏ ਤਾਂ ਥੋੜਾ ਡਾਵਾ ਡੋਲ ਹੋਣ ਤੋਂ ਬਾਅਦ ਕਿਸਾਨਾਂ ਦਾ ਜਜ਼ਬਾ ਮੁੜ ਉਸੇ ਥਾਂ ਦੇ ਉੱਤੇ ਆ ਕੇ ਖੜਾ ਹੈ ਹਾਲਾਂਕਿ ਮੰਗਾਂ ਨੇ ਜਿਹੜੀਆਂ ਉਹ ਉਸੇ ਤਰ੍ਹਾਂ ਨੇ ਕਿਸਾਨਾਂ ਦੀਆਂ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ ਅਤੇ ਐਮਐਸਪੀ ਦਾ ਕਾਨੂੰਨ ਬਣਾਇਆ ਜਾਵੇ ਬਿਜਲੀ ਸੋਧ ਬਿੱਲ ਹੈ ਜਾਂ ਫਿਰ ਪ੍ਰਾਲੀ ਵਾਲਾ ਬਿੱਲ ਹੈ ਇਹ ਸਾਰੇ ਬਿੱਲ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ ਤੇ ਹੁਣ ਤਾਂ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਜਿਵੇਂ ਕਹਿੰਦੇ ਨੇ ਕਿ ਇਹ ਹੁਣ ਸਿਰਫ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਅੰਦੋਲਨ ਨਹੀਂ ਰਹਿ ਗਿਆ ਇਹ ਹੁਣ ਧਰਮ ਯੁੱਧ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ ਕਿਸਾਨਾਂ ਦੀ ਲੜਾਈ ਧਰਮ ਯੁੱਧ ਬਣ ਚੁੱਕੀ ਹੈ ਇਹਦੇ ਵਿੱਚ ਬਹੁਤ ਕੁਝ ਹਾਸਲ ਕਰਨਾ ਹੈ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਤੋਂ ਆਜ਼ਾਦੀ ਹੈ ਜਿਹੜੀ ਉਹ ਕਿਵੇਂ ਹਾਸਲ ਕਰਨੀ ਹੈ ਇਸ ਨੂੰ ਲੈ ਕੇ ਹੁਣ ਅਸੀਂ ਆਪਣਾ ਸੰਘਰਸ਼ ਹੈ ਜਿਹੜਾ ਅੱਗੇ ਤੋਂ ਅੱਗੇ ਹੋਰ ਤੇਜ਼ ਕਰਾਂਗੇ ਤੇ ਸਰਕਾਰ ਨੇ ਕਾਰਪੋਰੇਟਾਂ ਦੇ ਹੱਥਾਂ ਵਿੱਚ ਖੇਡਦੇ ਹੋਏ ਜਿਵੇਂ ਆਮ ਲੋਕਾਂ ਦੇ ਜੀਵਨ ਨੂੰ ਬਰਬਾਦ ਕੀਤਾ ਹੈ ਆਮ ਆਦਮੀ ਦੀ ਜ਼ਿੰਦਗੀ ਨੂੰ ਬਰਬਾਦ ਕੀਤਾ ਹੈ ਕਿਸਾਨੀ ਨੂੰ ਬਰਬਾਦ ਕੀਤਾ ਹੈ ਉਸ ਨੂੰ ਮੁੜ ਤੋਂ ਹਾਸਲ ਕਰਨਾ ਹੀ ਹੁਣ ਸਾਡਾ ਟੀਚਾ ਹੈ ਤੇ ਲੜਾਈ ਹੁਣ ਹੋਰ ਵੀ ਵੱਡੀ ਹੋ ਗਈ ਹੈ ਇਹ ਅਹਦ ਕਿਸਾਨ ਲਗਾਤਾਰ ਲੈ ਰਹੇ ਨੇ ਕਿਸਾਨਾਂ ਦੇ ਨਾਲ ਹਰ ਵਰਗ ਹੈ ਜਿਹੜਾ ਉਹ ਸ਼ਾਮਿਲ ਹੋ ਰਿਹਾ ਹੈ ਤੇ ਕਿਸਾਨ ਆਮ ਕਿਸਾਨ ਦੀ ਜੇ ਗੱਲ ਕਰ ਲਈਏ ਜਿਹੜੇ ਕਿ ਲੀਡਰਸ਼ਿਪ ਨਹੀਂ ਕਰ ਰਹੇ ਜਿਹੜੇ ਮੋਰਚਿਆਂ ਦੇ ਵਿੱਚ ਬੈਠੇ ਨੇ ਉਹਨਾਂ ਦਾ ਮੰਨਣਾ ਹੈ ਕਿ ਇਸ ਅੰਦੋਲਨ ਨੂੰ ਹੁਣ ਹੋਰ ਤੇਜ਼ ਕੀਤਾ ਜਾਣਾ ਚਾਹੀਦਾ ਹੈ ਨੌਜਵਾਨ ਵੀ ਮੰਨਦੇ ਨੇ ਕਿ ਜੇ ਇਸੇ ਤਰ੍ਹਾਂ ਲੰਬੇ ਸਮੇਂ ਤੱਕ ਬੈਠੇ ਰਹਾਂਗੇ ਤਾਂ ਕੁਝ ਵੀ ਹਾਸਲ ਨਹੀਂ ਹੋਣ ਵਾਲਾ ਤਿੱਖੇ ਤੋਂ ਤਿੱਖਾ ਜਿਹੜਾ ਐਕਸ਼ਨ ਹੈ ਉਸ ਦਾ ਐਲਾਨ ਹੋਣਾ ਚਾਹੀਦਾ ਹੈ ਉਸ ਐਕਸ਼ਨ ਨੂੰ ਅੰਜਾਮ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਸਰਕਾਰ ਦੇ ਉੱਤੇ ਦਬਾਅ ਬਣ ਸਕੇ ਪਰ ਦੂਸਰੇ ਪਾਸੇ ਸਰਕਾਰ ਟਸ ਤੋਂ ਮਸ ਨਹੀਂ ਹੈ ਸਰਕਾਰ ਉਸੇ ਤਰ੍ਹਾਂ ਕੰਨਾਂ ਦੇ ਵਿੱਚ ਰੂਹ ਦੇ ਕੇ ਬੈਠੀ ਹੈ ਜਿਸ ਤਰ੍ਹਾਂ ਸਰਕਾਰ ਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਹੁੰਦਾ ਸਰਕਾਰ ਨੂੰ ਸ਼ਾਇਦ ਕਿਸਾਨ ਲੀਡਰ ਕਹਿੰਦੇ ਨੇ ਕਿ ਸਰਕਾਰ ਨੂੰ ਹਾਲੇ ਵੀ ਭੁਲੇਖਾ ਹੈ ਕਿ ਅਸੀਂ ਵਾਪਸ ਮੁੜ ਜਾਵਾਂਗੇ ਪਰ ਅਸੀਂ ਵਾਪਸ ਨਹੀਂ ਮੁੜਨ ਵਾਲੇ ਜਾਂਦੇ ਜਾਂਦੇ ਦਿੱਲੀ ਪੁਲਿਸ ਦੀ ਇੱਕ ਹੋਰ ਕਰਤੂਤ ਤੁਹਾਨੂੰ ਦੱਸ ਦਿੰਨੇ ਆ ਕਿ ਦਿੱਲੀ ਪੁਲਿਸ ਨੇ ਇੱਕ ਹੋਰ ਕਾਰਨਾਮਾ ਇਹ ਕੀਤਾ ਹੈ ਕਿ ਮਰਤਕ ਕਿਸਾਨ ਨੂੰ ਨੋਟਿਸ ਭੇਜ ਦਿੱਤਾ ਹੈ 26 ਜਨਵਰੀ ਦੀ ਹਿੰਸਾ ਸੰਬੰਧੀ ਲੰਘੇ ਸਾਲ 31 ਦਸੰਬਰ ਨੂੰ ਕਿਸਾਨ ਦੀ ਮੌਤ ਹੋ ਗਈ ਸੀ ਪਰ ਦਿੱਲੀ ਪੁਲਿਸ ਨੇ 26 ਜਨਵਰੀ ਦੀ ਹਿੰਸਾ ਦੇ ਦੋਸ਼ ਦੇ ਵਿੱਚ ਕਿਸਾਨ ਨੂੰ ਨੋਟਿਸ ਭੇਜ ਦਿੱਤਾ ਤੁਸੀਂ ਖੁਦ ਸੋਚ ਕੇ ਦੇਖੋ ਕਿ ਕਿੰਨੀ ਮੂਰਖਤਾ ਵਾਲੀ ਗੱਲ ਹੈ 31 ਦਸੰਬਰ ਨੂੰ ਕਿਸਾਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ 26 ਦਿਨ ਬਾਅਦ 26 ਜਨਵਰੀ ਨੂੰ ਹਿੰਸਕ ਘਟਨਾਵਾਂ ਹੁੰਦੀਆਂ ਨੇ ਤਾਂ ਮਿਰਤ ਕਿਸਾਨ 26 ਜਨਵਰੀ ਦੀਆਂ ਕਟਣਾਵਾਂ ਦੇ ਵਿੱਚ ਸ਼ਾਮਿਲ ਕਿਵੇਂ ਹੋ ਸਕਦਾ ਹੈ ਪਰਿਵਾਰ ਨੇ ਕਿਹਾ ਕਿ ਜਿਨ੍ਹਾਂ ਤਿੰਨ ਭਰਾਵਾਂ ਨੂੰ ਨੋਟਿਸ ਭੇਜੇ ਨੇ ਦਿੱਲੀ ਸਰਕਾਰ ਨੇ ਉਹ ਕਦੇ ਕਿਸਾਨ ਸੰਘਰਸ਼ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਏ ਸੁਰਜੀਤ ਸਿੰਘ 88 ਸਾਲ ਦੀ ਉਮਰ ਹੈ ਉਸਦੇ ਪੁੱਤਰ ਭੁਪਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਪਿਤਾ ਤੇ ਉਸਦੇ ਦੋ ਹੋਰ ਭਰਾਵਾਂ ਜਗੀਰ ਸਿੰਘ ਗੁਰਚਰਨ ਸਿੰਘ ਕਦੇ ਕਿਸਾਨੀ ਸੰਘਸ਼ ਦੇ ਵਿੱਚ ਸ਼ਾਮਿਲ ਹੋਣ ਨਹੀਂ ਗਏ ਕਿਉਂਕਿ ਉਮਰ ਬਹੁਤ ਵੱਡੀ ਹੈ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਗੀਰ ਸਿੰਘ ਦਾ 31 ਦਸੰਬਰ ਨੂੰ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ ਬੁਢਾਪੇ ਕਾਰਨ ਪਿਛਲੇ ਸਾਲ ਤੋਂ ਮੰਜੇ ਦੇ ਨਾਲ ਹੀ ਜੁੜ ਕੇ ਬੈਠੇ ਸੀ ਇਹ ਪਰਿਵਾਰ ਕੁਰਾਲੀ ਦੇ ਨਿਹੋਲ ਕਾ ਪਿੰਡ ਦਾ ਰਹਿਣ ਵਾਲਾ ਹੈ ਪਟਿਆਲਾ ਜ਼ਿਲ੍ਹੇ ਦੀ ਇੱਕ ਖਬਰ ਹੈ ਤੇ ਭੁਪੇਂਦਰ ਦੇ ਭਰਾ ਤੇ ਸੇਵਾਮੁਕਤ ਅਧਿਆਪਕ ਗੁਰਚਰਨ ਸਿੰਘ ਨੇ ਇੱਕ ਦੱਸਿਆ ਕਿ ਸਾਨੂੰ 24 ਫਰਵਰੀ ਨੂੰ ਨੋਟਿਸ ਮਿਲਿਆ ਅਸੀਂ ਪਰੇਸ਼ਾਨ ਆ ਕੁਝ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਕਾਨੂੰਨੀ ਟੀਮ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਸਾਨੂੰ ਮਦਦ ਦਾ ਭਰੋਸਾ ਦਿਵਾਇਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿਲ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਇਹ ਪਹਿਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਕਿਸਾਨਾਂ ਨੂੰ ਨੋਟਿਸ ਭੇਜ ਚੁੱਕੀ ਹੈ ਜੋ 26 ਜਨਵਰੀ ਤੋਂ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਸੋ ਸਾਡੇ ਅੱਜ ਦੇ ਖਾਸ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਕਰਦੇ ਰਹੋ ਤੇ ਹੱਕਾਂ ਦੇ ਲਈ ਜੋ ਕਿਸਾਨ ਇਨੇ ਮਹੀਨਿਆਂ ਤੋਂ ਲੜ ਰਹੇ ਨੇ ਉਹਨਾਂ ਦੇ ਲਈ ਅਰਦਾਸ ਜਾਂ ਫਿਰ ਉਹਨਾਂ ਦੇ ਸੰਘਰਸ਼ ਦੇ ਵਿੱਚ ਸ਼ਾਮਿਲ ਕਿਵੇਂ ਹੋ ਸਕਦੇ ਹਾਂ ਯੋਗਦਾਨ ਕਿਵੇਂ ਪਾ ਸਕਦੇ ਹਾਂ ਇਸ ਦੇ ਲਈ ਸੋਚਣਾ ਹਰ ਇੱਕ ਇਨਸਾਨ ਦਾ ਕੰਮ ਹੈ ਹਰ ਇੱਕ ਇਨਸਾਨ ਦਾ ਫਰਜ਼ ਵੀ ਕਹਿ ਸਕਦੇ ਹਾਂ ਕਿਉਂਕਿ ਲੜਾਈ ਅਨਦਾਤਾ ਦੀ ਹੈ ਤੇ ਰੋਟੀ ਅਸੀਂ ਸਾਰੇ ਖਾਂਦੇ ਆ ਧੰਨਵਾਦ